ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਵਤ ਦੀਨ ਦਰਦ ਦੁੱਖ ਭੰਜਨ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਮੋਹੇ ਪਰਦੇਸਣ ਦੂਰ ਤੇ ਆਈ ਮੋਹੇ ਪਰਦੇਸਣ ਦੂਰ ਤੇ ਆਈ ਮੋਹੇ ਪਰ ਇੰਨਾ ਕੁ ਚੇਤਾ ਰੱਖਿਓ ਦੂਰੀ ਇਹ ਨਹੀਂ ਜੇ ਕਿ ਤੁਸੀਂ 10 ਮੀਲ ਤੋਂ ਆਏ ਹੋ ਕਈ ਜਨਮਾਂ ਦੀ ਦੂਰੀ ਹੈ ਇਹ ਸਰੀਰ ਵੱਲੋਂ ਬੇਨਤੀ ਨਹੀਂ ਇਹ ਜੀਵ ਆਤਮਾ ਵੱਲੋਂ ਬੇਨਤੀ ਹੈ ਅੱਖ ਵੇਖ ਲਓ ਸਰੀਰ ਵੱਲੋਂ ਬੇਨਤੀ ਨਹੀਂ ਕਿਹਦੇ ਵੱਲੋਂ ਆ ਜਿਹੜੀ ਅਨੰਤ ਜਨਮਾਂ ਤੋਂ ਵਿਚਾਰੀ ਜੰਮਦੀ ਮਰਦੀ ਚੱਕਰਾਂ 'ਚ ਪੈਂਦੀ ਇਸ ਮਨੁੱਖਾ ਦੇਹ 'ਚ ਪ੍ਰਵੇਸ਼ ਕਰਕੇ ਹੁਣ ਜ਼ਿੰਦਗੀ ਕੱਟ ਰਹੀ ਉਹਨੂੰ ਸਾਹਮਣੇ ਮੰਜ਼ਲੇ ਮਕਸੂਦ ਦੀ ਸੀ ਮੰਜ਼ਲੇ ਮਕਸੂਦ ਦੀ ਸੀ ਮੰਜ਼ਲ ਦੀ ਸੀ ਅਤੇ ਉਸ ਮੰਜ਼ਲ ਨੂੰ ਹੱਥ ਜੋੜ ਕੇ ਕਹਿੰਦੀ ਵੀ ਮੈਂ ਪਰਦੇਸਣ ਇਹ ਮੇਰਾ ਦੇਸ਼ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ ਮੇਰੇ ਜੀ ਅੜਿਆ ਪਰਦੇਸੀਆ ਸਿੱਖਾ ਕਦੀ ਬਾਣੀ ਨੂੰ ਇਸ ਤਰ੍ਹਾਂ ਪੜ੍ਹ ਆਖੋ ਵਾਹਿਗੁਰੂ ਇਹ ਕਰਮਕਾਂਡ ਨਹੀਂ ਬਾਣੀ ਬਾਣੀ ਰਸਤਾ ਹੈ ਆਖੋ ਵਾਹਿਗੁਰੂ ਕੀ ਹੈ ਇਹ ਜ਼ਿੰਦਗੀ ਨੂੰ ਜੀਵਨ ਜਾਂਚ ਦੱਸਣ ਵਾਲਾ ਰਸਤਾ ਹੈ ਹੋ ਜਾਓ ਇਹਨੂੰ ਥੋੜ੍ਹੇ ਥੋੜ੍ਹੇ ਤੂੰ ਇਸ ਤਰ੍ਹਾਂ ਬਾਣੀ ਪੜ੍ਹ ਸੱਚਮੁੱਚ ਜੀ ਤੂੰ ਕਦੀ ਕਦੀ ਸਹਿਜ ਪਾਠ ਕਰਦਾ ਕਰਦਾ ਇਸ ਤਰ੍ਹਾਂ ਆਖਿਆ ਕਰ ਮੇਰੇ ਜੀ ਅੜਿਆ ਪਰਦੇਸੀਆ ਬੋਲੋ ਭਲਾ ਸ਼ਬਦ ਬੜੇ ਪਿਆਰੇ ਜੇ ਕਿ ਤੂੰ ਭਵੇਂ ਜੰਜਾਲੇ ਆ ਤੂੰ ਕਿਹੜੇ ਜੰਜਾਲਾਂ 'ਚ ਫਸ ਗਿਆ ਤੂੰ
ਤੂੰ ਤੇ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਤੂੰ ਤੇ ਗੋਬਿੰਦ ਨੂੰ ਮਿਲਣ ਆਇਆ ਸੈਂ। ਬੱਚਿਆਂ ਦੇ ਨੱਕ ਪੂੰਝਣ ਤੱਕ ਹੀ ਰਹਿ ਗਏ ਹੈ, ਅੱਖ ਵਾਹਿਗੁਰੂ, ਬੱਚਿਆਂ ਦੇ ਮੂੰਹ ਚੱਟਣ ਤੱਕ ਹੀ ਰਹਿ ਗਏ ਹੈ। ਇਹੋ ਹੀ ਤੇਰਾ ਆਉਣ ਦਾ ਮਕਸਦ ਤੇਰਾ ਇਹੋ ਹੀ ਸੀ। ਜਦੋਂ ਬੱਕਰੀ ਦੇ ਜਨਮ ਇੱਥੇ ਨਹੀਂ ਬਹਿਣਾ, ਇੱਧਰ ਆਓ ਮੇਰੇ ਕੋਲ, ਆਓ ਜਗ੍ਹਾ ਦੇਣਾ ਮੈਂ, ਇੱਥੇ ਆਓ, ਅੱਖ ਵਾਹਿਗੁਰੂ ਡਰ ਕੇ ਬੋਲੋ। ਜਦੋਂ ਬੱਕਰੀ ਸੈਂ ਇੱਧਰ, ਉਦੋਂ ਵੀ ਤੂੰ ਪਠੋਰੇ ਨੂੰ ਚੱਟਿਆ, ਜਦੋਂ ਤੂੰ ਮੱਝ ਸੈਂ ਉਦੋਂ ਤੂੰ ਆਪਣੇ ਕੱਟੇ ਨੂੰ ਵੇਖਿਆ, ਜੇ ਚੱਟ ਦੇ ਵੇਖਿਆ, ਉਦੋਂ ਤੂੰ ਆਪਣੇ ਕੱਟੇ ਨੂੰ ਆਪਣੀ ਜੀਭ ਨਾਲ ਚੱਟਿਆ। ਅੱਜ ਤੂੰ ਬੱਚਾ ਜੰਮਿਆ, ਕੁੜੀ ਜੰਮੀ, ਮੁੰਡਾ ਜੰਮਿਆ, ਅੱਜ ਵੀ ਤੂੰ ਬੱਚਿਆਂ ਦਾ ਮੂੰਹ ਚੁੰਮਣ 'ਤੇ ਲੱਗ ਗਿਆ ਹੈ। ਕਹਿ ਨਾ ਆਪਣੇ ਆਪ ਨੂੰ, ਮੇਰੇ ਜੀ ਅੜਿਆ ਪਰਦੇਸੀ ਵਾਲਾ, ਕਿੱਤ ਭਵੇਂ ਕਿਹੜੇ ਜੰਜਾਲਾਂ 'ਚ ਫਸ ਗਿਆ ਹੈ, ਤੂੰ ਤਾਂ ਗੋਬਿੰਦ ਨੂੰ ਮਿਲਣ ਆਇਆ, ਅਤੇ ਤੇਰੇ ਸਰੀਰ ਵਿੱਚ ਬੈਠੀ ਹੋਈ ਉਹ ਪਿਆਰੀ ਜਿੰਦ ਇਹ ਤਰਲਾ ਪਾਵੇ। ਮੋਹ ਪਰਦੇਸਣ ਦੂਰ ਤੇ ਆਈ, ਮੋਹ ਪਰਦੇਸਣ ਦੂਰ ਤੇ ਆਈ, ਮੋਹ ਪਰ ਮੈਂ ਫਿਰ ਇੱਕ ਵਾਰ ਪੁੱਛਦਾ, ਕਿਸੇ ਮੇਰੀ ਧੀ ਨੂੰ ਇਸ ਬਚਨ ਦਾ ਪਤਾ ਨਾ ਲੱਗਾ ਹੋਵੇ ਵੀ ਮੈਂ ਪਰਦੇਸਣ ਕਿਹਨੂੰ ਕਿਹਾ, ਹੱਥ ਖੜਾ ਕਰਦਾ, ਮੈਂ ਦੁਬਾਰਾ ਦੱਸੂ, ਪਤਾ ਲੱਗ ਗਿਆ ਧੀ ਜਿਹੜੀ ਮੇਰੇ ਕਲਬੂਤ ਵਿੱਚ ਸਰੀਰ ਵਿੱਚ ਬੈਠੀ ਜਿੰਦੇ ਆ ਨਾ, ਐਸੇ ਘਰ ਹਮ ਬਹੁਤ ਵਸਾਏ, ਇਤਰਾਂ ਦੇ ਸਰੀਰ ਸਾਨੂੰ ਕਈ ਵਾਰ ਮਿਲੇ ਨੇ। ਉਹ ਜਿਹੜੀ ਵਿੱਚ ਵਾਲੀ ਆ ਉਹ ਕਈ ਵਾਰ ਨਹੀਂ ਆਈ, ਉਹ ਬੜੀ ਲੰਮੀ ਯਾਤਰਾ ਤੋਂ ਤੁਰੀ, ਇੱਕ ਤੋਂ ਦੂਸਰੇ, ਦੂਸਰੇ ਤੋਂ ਤੀਸਰੇ ਜਨਮ ਵਿੱਚ ਪ੍ਰਵੇਸ਼ ਕਰਦੀ, ਐਰਕਾਂ ਫਿਰ ਇਸ ਮਨੁੱਖਾ ਦੇਹ 'ਚ ਬੈਠੀ, ਅਤੇ ਉਹ ਪਰਦੇਸਣ ਆਪਣੇ ਬਾਣੀ ਵਿੱਚੋਂ ਰਸਤਾ ਢੂੰਡ ਕੇ ਲੰਘਦੀ। ਮੋਹ ਪਰਦੇਸਣ ਦੂਰ ਤੇ ਆਈ, ਮੋਹ ਪਰਦੇਸਣ ਦੂਰ ਤੇ ਆਈ, ਮੋਹ ਪਰ ਨਾਹਨ ਦਰਬ ਨਾ ਜੋਬਨ ਮਾਤੀ, ਨਾਹਨ ਦਰਬ ਨਾ ਜੋਬਨ ਮਾਤੀ, ਨਾ ਪਤਾ ਲੱਗਾ ਅੱਖ ਵਾਹਿਗੁਰੂ, ਪਤਾ ਲੱਗਾ ਤੁਹਾਨੂੰ ਇਹਦਾ ਮਤਲਬ ਕੀ? ਨਾਹਨ ਦਰਬ, ਦਰਬ ਮੈਨੇ ਪੈਸਾ, ਸਾਹਿਬਾ ਤੈਨੂੰ ਮਿਲ ਲਵਾਂ, ਮੇਰੇ ਕੋਲ ਪੈਸੇ ਵੀ ਨਹੀਂ ਹੈਗੇ, ਤੈਨੂੰ ਮਿਲਣਾ, ਮੈਂ ਸੋਹਣੀ ਵੀ ਨਹੀਂ ਇੰਨੀ, ਮੇਰੇ 'ਤੇ ਇੰਨਾ ਸੋਹਣਾ ਜੋਬਨ ਵੀ ਨਹੀਂ, ਤੂੰ ਜੋਬਨ ਵਾਲਾ ਹੈ ਨਹੀਂ। ਗੁਰੂ ਗੋਬਿੰਦ ਸਿੰਘ ਜੀ, ਤੂੰ ਜੋਬਨ ਕੇ ਜਾਲ ਹੈ, ਜੋਬਨ ਕੇ ਤੂੰ ਐਸਾ ਜੋਬਨ ਦਾ ਜਾਲ ਹੈ, ਜਿਹਨੇ ਤੈਨੂੰ ਵੇਖਿਆ ਫਸ ਗਿਆ। ਸੱਚਮੁੱਚ ਜਿਹੜਾ ਇੱਕ ਵਾਰ ਅਨੰਦਪੁਰ ਸਾਹਿਬ ਆ ਗਿਆ ਫਿਰ ਗਿਆ ਹੀ ਨਹੀਂ, ਜਿਹਨੇ ਉਸ ਪਿਆਰੇ ਨੂੰ ਵੇਖ ਲਿਆ ਫਿਰ ਨਹੀਂ ਕਿਸੇ ਕੋਲ ਗਿਆ। ਆਈ ਸੀ ਰਾਏਪੁਰ ਦੀ ਰਾਣੀ, ਉਹਦੇ ਜੋਗੀ ਰਹਿ ਗਈ, ਸਵੇਰੇ ਆਈ ਇਤਰਾਂ। ਤੁਸੀਂ ਮੇਰੇ ਨਾਲ ਵਾਅਦਾ ਕੀਤਾ ਵੀ ਕੱਲ੍ਹ ਨੂੰ ਸੰਵਾਦ ਕਰਾਂਗੇ, ਸੰਵਾਦ ਦਾ ਮਤਲਬ ਜੇ ਅਰਥ ਆਉਂਦੇ
ਮੈਂ ਕੁਝ ਕਹਾਂ, ਤੁਸੀਂ ਮੈਨੂੰ ਕੁਝ ਪੁੱਛੋ। ਮੇਰੇ ਪੰਥ ਵਿੱਚ ਕਥਨਾ ਕਥੀ ਨਾ ਆਵੇ ਤੋੜ, ਕਥ ਕਥ ਕਥੀ ਕੋਟੀ ਕੋਟ, ਕਿੰਨੇ ਕਥਾਵਾਚਕ ਆ ਗਏ, ਸੁਧਾਰ ਕਿਉਂ ਨਹੀਂ ਹੋਇਆ? ਕਥਾਵਾਚਕ ਆਪਣਾ ਘੰਟਾ ਪੂਰਾ ਕਰਨ 'ਤੇ ਬੈਠਾ ਹੈ, ਮਗਰੋਂ ਐਡਾ ਵੱਡਾ ਲਿਫਾਫਾ ਭਰ ਕੇ ਤੁਸੀਂ ਨੋਟਾਂ ਦਾ ਦਿੰਦੇ, ਜਿਹੜੀ ਚੀਜ਼ ਵਿਕ ਜਾਵੇ ਉਹਨੂੰ ਕੋਈ ਸਾਂਭਦਾ ਨਹੀਂ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਸਵੇਰੇ ਆਈ ਕੌਣ? ਰਾਏਪੁਰ ਦੀ ਰਾਣੀ, ਪੰਚਕੂਲਾ ਜ਼ਿਲ੍ਹੇ 'ਚ ਹੈ ਜਗ੍ਹਾ। ਰਿਆਸਤ ਦੀ ਰਾਣੀ ਸੀ, ਇੱਕ ਦਿਨ ਦੀਦਾਰ ਕੀਤੇ ਅਤੇ ਝੱਲੀ ਹੋ ਗਈ। ਹਾਂ ਆਕਲ ਆਹ ਥੋੜ੍ਹਾ ਗਿਆ ਰਾਜ ਤਿਵਾਰੀ, ਜਿਹਨੂੰ ਪਤਾ ਲੱਗ ਗਿਆ ਵੀ ਮੈਂ ਕਹਿਣਾ ਕੀ ਚਾਹੁੰਦਾ, ਉਹਦੇ ਤੋਂ ਤਾਂ ਵਾਰੇ ਵਾਰੇ ਜਾਈਏ। ਇਹਨੂੰ ਕਹਿੰਦੇ ਵਿਸ਼ਾ ਫੜਨਾ, ਸਬਜੈਕਟ ਨੂੰ ਫੜਨਾ। ਮੈਂ ਅਕਲ ਵਾਲੀ ਸਾਂ, ਉਹਦਾ ਮੂੰਹ ਵੇਖਿਆ ਅਤੇ ਬੇਅਕਲ ਹੋ ਗਈ। ਅੱਖ ਵਾਹਿਗੁਰੂ ਹਾਜ਼ਰੋ, ਅਕਲ ਵਾਲੀ ਬੜੀ ਸਾਂ, ਰਾਣੀ ਸਾਂ, ਕੋਈ ਛੋਟੀ ਮੋਟੀ ਥੋੜ੍ਹੀ, ਰਿਆਸਤ ਦੀ ਰਾਣੀ, ਤੈਨੂੰ ਵੇਖਿਆ ਬੇਅਕ। ਹਾਂ ਆਕਲ ਬੇਕਲ ਭਾਈ, ਗੁਰ ਦੇਖੇ, ਗੁਰ ਦੇਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਬੇਅਕਲ ਹੋ ਗਏ। ਹਾਂ ਲੋਟ ਪੋਟ ਹੋਏ ਪਈਆਂ, ਲੋਟ ਪੋਟ ਹੋ ਗਈ ਹੈ ਮੇਰੀ ਇਹ ਜਿੰਦੇ, ਜਿਹਨੂੰ ਲੱਭਦੀ ਸਾਂ ਉਹ ਤਾਂ ਅੱਜ ਮੇਰੇ ਘਰ ਹੀ ਆ ਗਿਆ। ਕੁਝ ਕੁ ਦਿਨ ਹੀ ਕੱਟੇ ਰਾਣੀ ਨੇ ਅਤੇ ਮੋਏ ਰਹਿਣ ਨਾ ਵਿਹਾਵੇ। ਬੋਲੋ ਨਾ ਜਰਾ, ਇਹ ਤਾਂ ਧੀਓ ਦੋ ਗੱਲਾਂ ਨੇ, ਇੱਕ ਨੇਮੀ ਦਾ ਜੀਵਨ ਹੈ, ਇੱਕ ਪ੍ਰੇਮੀ ਦਾ ਜੀਵਨ ਆ। ਪ੍ਰੇਮੀ ਤੜਫ ਤੜਫ ਕੇ ਉਹਦੀ ਯਾਦ ਵਿੱਚ ਮਰ ਜਾਂਦਾ ਹੈ, ਨੇਮੀ ਰੋਜ਼ ਪਾਠ ਕਰਦਾ ਹੈ। ਨੇਮੀ ਕਈ ਵਾਰ ਜ਼ਿੰਦਗੀ 'ਚ ਅਨੰਦਪੁਰ ਸਾਹਿਬ ਗਿਆ, ਮੁੜ ਆਇਆ। ਅੱਖ ਵਾਹਿਗੁਰੂ, ਪ੍ਰੇਮ ਕਰਨ ਵਾਲੀ ਇੱਕ ਦਿਨ ਅਨੰਦਪੁਰ ਸਾਹਿਬ ਗਈ ਅਤੇ ਉਹਦੇ ਘਰ ਵਾਲਾ ਕਹਿੰਦਾ, ਸੁਣ ਰਹੇ ਹੋ? ਚੰਗਾ ਪਤਾ ਲੱਗ ਜੂ ਮੈਂ ਕੀ ਕਹਿ ਰਿਹਾ। ਉਹਦੇ ਘਰ ਵਾਲਾ ਕਹਿੰਦਾ, ਵੇਖੋ ਸਾਧ ਕੋਲ ਚੰਦੋਆ ਕਿੱਡਾ ਸੋਹਣਾ ਹੈ, ਗੁਰੂ ਨੂੰ ਸਾਧ ਕਹਿ ਕੇ ਬੁਲਾ ਰਿਹਾ। ਸਾਧ ਦਾ ਚੰਦੋਆ ਕਿੱਡਾ ਸੋਹਣਾ ਹੈ, ਸਾਧ ਕੋਲ ਘੋੜਾ ਕਿੱਡਾ ਸੋਹਣਾ ਹੈ। ਜਿਹਨੂੰ ਘੋੜੇ ਵੇਖਣ ਗਿਆ ਸੀ ਉਹਨੇ ਘੋੜੇ ਵੇਖੇ, ਜਿਹੜੀ ਉਹਨੂੰ ਵੇਖਣ ਗਈ ਸੀ ਉਹਨੇ ਉਹਨੂੰ ਵੇਖਿਆ। ਉਹਦੇ ਬੁੱਲ ਹੀ ਨਹੀਂ ਹਿੱਲੇ, ਉਹਦੇ ਬੁੱਲ ਹੀ ਸਿਪ ਗਏ, ਅੱਖਾਂ 'ਚ ਵਸਾ ਲਿਆ ਬਾਦ ਸਾਹਿਬ ਨੂੰ, ਸ਼ਾਂਤ ਹੋ ਗਈ, ਅੰਦਰ ਧੁਨੀਆਂ ਚੱਲ ਗਈਆਂ, ਰਾਗ ਰਤਨ ਪਰਿਵਾਰ ਪਰੀਆਂ, ਵਾਹਿਗੁਰੂ 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 ਵਾਹਿਗੁਰੂ, ਸ਼ਬਦ ਚੱਲ ਪਏ। ਵਾਹਿਗੁਰੂ 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 ਵਾਹਿਗੁਰੂ।
ਪੀਓ। ਗੁਰੂ 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 ਸਤਨਾਮ ਸ੍ਰੀ। ਸਮਾਂ ਭੱਜ ਜਾਣਾ ਹੈ। ਜਪਜੀ ਸਾਹਿਬ ਦੀ ਕਥਾ ਵੀ ਆਪ ਜੀ ਦੀ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਨੀ ਪੌੜੀ ਦੀ, ਮਗਰ ਜਿੱਧਰ ਨੂੰ ਇਸ਼ਾਰਾ ਚਲੇ ਗਿਆ ਰਾਣੀ ਨੇ ਉਹਨੂੰ ਵੇਖਿਆ। ਸ਼ਾਮ ਨੂੰ 5 ਵਜੇ ਰਾਜੇ ਨੇ ਆਖਿਆ ਸ਼ਾਮਾਂ ਪੈਣ ਵਾਲੀਆਂ ਨੇ, ਰੱਥ ਤਿਆਰ, ਚੱਲ ਬੈਠ ਚੱਲੀਏ। ਅਤੇ ਕਿਤੇ ਗਹਿਰੇ ਸਮੁੰਦਰ 'ਚ ਡੁੱਬੀ ਨੇ ਆਖਿਆ ਹੈ, ਇੱਥੇ ਆਉਣ ਵਾਲੇ ਚਲੇ ਵੀ ਜਾਂਦੇ ਨੇ। ਆਖੋ ਵਾਹਿਗੁਰੂ, ਪਤਾ ਲੱਗ ਗਿਆ ਇੱਥੇ। ਰਾਜਾ ਵਿਰਾਗ 'ਚ ਗਈ। ਰਾਜਾ ਕਦੀ ਮੱਛੀ ਨੂੰ ਵੇਖਿਆ ਹੀ, ਕਦੀ ਪਾਣੀ 'ਚ ਕਿੰਨੀ ਆਨੰਦਤ ਆ। ਰਹਿਣ ਦੇਣਾ ਮੈਨੂੰ ਵੀ ਇਸ ਬਖਸ਼ਿਸ਼ ਰੂਪੀ ਜਲ ਵਿੱਚ। ਰਹਿਣ ਦੇ ਮੈਨੂੰ ਵੀ ਇਸ ਬਖਸ਼ਿਸ਼ ਦੇ ਜਲ ਵਿੱਚ, ਇੱਥੇ ਮੇਰਾ ਜੀਵਨ ਆ। ਰਾਜੇ ਨੇ ਆਖਿਆ ਮੈਂ ਰਿਆਸਤ ਦਾ ਰਾਜਾ, ਮੇਰੇ ਦੋਸਤ ਰਾਜੇ ਮੈਨੂੰ ਮਜ਼ਾਕ ਕਰਦੇ, ਤੇਰੀ ਰਾਣੀ ਸਾਧ ਦੇ ਰੰਗ ਵਿੱਚ ਬੌਰੀ ਹੋ ਗਈ। ਆਖੋ ਵਾਹਿਗੁਰੂ, ਬੜਾ ਕੁਝ ਕਿਹਾ ਨਾਲ ਦਿਆਂ ਰਾਜਿਆਂ ਨੇ, ਬੜਾ ਕੁਝ ਕਿਹਾ। ਰਾਜੇ ਨੇ ਥੋੜ੍ਹੀ ਬੁੱਧੀ ਦਾ ਸੀ, ਭਗਤੀ ਵਾਲਾ ਨਹੀਂ ਸੀ, ਉਹ ਗੱਲਾਂ ਸਾਰੀਆਂ ਰਾਣੀ ਨਾ ਕਰਤੀਆਂ। ਵੀ ਨਾਲ ਦੇ ਰਾਜੇ ਕਹਿੰਦੇ ਨੇ ਤੇਰੀ ਰਾਣੀ ਸਾਧ ਦੇ ਰੰਗ ਵਿੱਚ ਚੱਲੀ ਹੋ ਗਈ, ਬੌਰੀ ਹੋ ਗਈ। ਰਾਣੀ ਗਾਈ ਕਿਸੇ ਰੰਗ ਵਿੱਚ, ਮੈਂ ਬੌਰੀ ਕਿਉਂ ਦੀ ਨਹੀਂ ਬਣੀ, ਮੈਂ ਬੌਰੀ, ਬੋਲੋ ਫਿਰ ਬੋਲੋ, ਮੈਂ ਪਾਗਲ ਹਾਂ। ਰਾਣੀ ਨੇ ਕਿਹਾ ਮੈਂ ਸੱਚਮੁੱਚ ਹੀ ਪਾਗਲ ਹੀ, ਇਹ ਤੇਰੇ ਨਾਲ ਦਿਆਂ ਨੇ ਪਛਾਣ ਲਿਆ, ਤੈਨੂੰ ਨਹੀਂ ਪਤਾ ਲੱਗਾ ਮੈਂ ਪਾਗਲ ਹਾਂ, ਮੈਂ ਪਾਗਲ ਹਾਂ 3 ਵਾਰ ਆਖਿਆ। ਪਿਆ ਜਵਾਨਾ ਸ਼ਾਦਾ ਨਾਨਕ ਬੌਰਾਨਾ, ਮੈਂ ਬੌਰਾ ਨਹੀਂ, ਮੈਂ ਉਸ ਸ਼ਾਹ ਦਾ ਦੀਵਾਨਾ ਹੋ ਗਿਆ। ਸ਼ਾਹੇ ਚੈਨ ਸ਼ਾਹ ਗੁਰ ਗੋਬਿੰਦ ਸਿੰਘ, ਬੋਲੋ ਹਾਂ ਸ਼ਾਹ, ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ, ਹੱਕ ਹੱਕ ਇਹ
ਤੇਜ ਦੀ ਮਨਜੂਰ ਗੁਰ ਗੋਬਿੰਦ ਸਿੰਘ ਏਜ ਦੀ ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ ਏਜ ਦੀ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਕਹਿੰਦੀ ਮੈਂ ਬੋਰੀ ਹਾਂ ਹੱਥ ਜੋੜਿਓ ਕੋਈ ਬੋਰਾ ਹੋ ਜੇ ਅਤੇ ਸੱਚਮੁੱਚੀ ਕਈ ਫਟੇ ਜਿਹੇ ਕੱਪੜੇ ਪਾ ਕੇ ਅਤੇ ਇਸ ਤਰ੍ਹਾਂ ਦਾ ਰੂਪ ਭੇਖ ਬਣਾਉਂਦੇ ਵੀ ਮੈਂ ਬੋਰਾ ਵਾਂ ਅੱਗੇ ਹੋ ਜਾਓ ਪੋਤਾ ਖਾਲੀ ਜਗ੍ਹਾ ਹੋਰ ਜਗ੍ਹਾ ਸਾਨੂੰ ਪੈ ਜਾਓ ਲਾਗੇ ਹੋ ਜਾਓ ਕੀ ਕਿਹਾ ਮੈਂ ਕਿਸ ਤਰ੍ਹਾਂ ਦੇ ਐਵੇਂ ਜਾਣ ਇਹ ਮਸਤਾਨਾ ਹੈ ਜੀ ਅੱਖ ਵਾਹਿਗੁਰੂ ਜਿਹੜਾ ਬੋਰਾ ਹੋਇਆ ਨਾ ਉਹਨੇ ਜਵਾਬ ਦਿੱਤਾ ਸੰਸਾਰ ਦੇ ਲੋਕਾਂ ਨੂੰ ਆਪਣਾ ਬੋਰਾ ਮੈਂ ਆਪ ਬੋਰਾ ਨਹੀਂ ਹੋਇਆ ਆਪਣਾ ਬੋਰਾ ਰਾਮ ਕੀ ਓ ਬੋਰਾ ਮੈਂ ਆਪ ਬੋਰਾ ਨਹੀਂ ਹੋਇਆ ਮੈਨੂੰ ਰੱਬ ਨੇ ਬੋਰਾ ਕਰਤਾ ਹੈ ਸੱਚਮੁੱਚ ਮੈਂ ਜਦੋਂ ਦਾ ਉਹਨੂੰ ਵੇਖਿਆ ਨਾ ਮੈਂ ਬੋਰੀ ਹੋ ਗਈ ਹਾਂ ਕੋਈ ਇਸ ਤਰ੍ਹਾਂ ਗੁਰਦੁਆਰੇ ਆਵੇ ਬੈਠਾ ਤਾਂ ਉਹ ਹੀ ਹੈ ਸ਼ਬਦ ਵਿੱਚ ਬੈਠਾ ਹੈ ਬੈਠਾ ਤਾਂ ਉਹ ਹੀ ਮਰਦੇ ਮਜਾਹਤ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਆ ਮਗਰ ਅਸੀਂ ਉਸ ਰੰਗ ਵਿੱਚ ਉਸ ਰੂਪ ਵਿੱਚ ਪ੍ਰੇਮ ਵਿੱਚ ਉਹਨੂੰ ਵੇਖਿਆ ਹੀ ਨਹੀਂ ਉਹਨੇ ਕਿਹਾ ਚੱਲ ਚੱਲੀਏ ਕਹਿੰਦੀ ਕਿੱਥੇ ਆਹ ਸਵਾਲ ਜਵਾਬ ਹੋ ਰਿਹਾ ਕਿਹਦੇ ਕਿਹਦੇ ਰਾਜੇ ਅਤੇ ਰਾਣੀ ਦੇ ਸ਼ਾਬਾਸ਼ ਕਿੱਥੇ ਰਾਜੇ ਨੇ ਕਿਹਾ ਘਰ ਨੂੰ ਕਹਿੰਦੀ ਜੋ ਘਰ ਛੱਡ ਗਵਾਵਣਾ ਚਸ਼ਮੇ ਵਾਲੇ ਉਹ ਬੋਲੋ ਉਸ ਘਰ ਚੱਲੀਏ ਜਿਹੜਾ ਅੱਜ ਨਹੀਂ ਤੇ ਕੱਲ੍ਹ ਛੁੱਟ ਜਾਣਾ ਹੈ ਅੱਖ ਵਾਹਿਗੁਰੂ ਪਤਾ ਲੱਗਾ ਜੋ ਘਰ ਉਸ ਘਰ ਚੱਲੀਏ ਰਾਜੇ ਨੇ ਕਿਹਾ ਤੂੰ ਰਿਆਸਤ ਦੀ ਰਾਣੀ ਹੈ ਪਾਗਲਾਂ ਵਾਲੀਆਂ ਗੱਲਾਂ ਨਾ ਕਰ ਉਹ ਸਾਹਮਣੇ ਰਾਥਿਆ ਉੱਤੇ ਬੈਠ ਕਹਿੰਦੀ ਘਰ ਤੇ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਅੱਜ ਜਿਹਨਾਂ ਜਿਹਨਾਂ ਨੇ ਤੁਹਾਡੇ 'ਚੋਂ ਗਾਤਰੇ ਪਾਏ ਆ ਨਾ ਗੁਰੂ ਕੇ ਸਿੱਖੋ ਇਤਰਾਂ ਲੱਕ ਕਰਕੇ ਬੈਠੋ ਤੁਹਾਨੂੰ ਘਰ ਮਿਲਿਆ ਜੇ ਤੁਹਾਨੂੰ ਜੱਜ ਕੇ ਬੋਲੋ ਮਿਲਿਆ ਹੈ ਸਕਿਆ ਨਾ ਘਰ ਮਿਲਿਆ ਜੇ ਤੁਹਾਡਾ ਘਰ ਸ੍ਰੀ ਅਨੰਦਪੁਰ ਸਾਹਿਬ ਆ ਤੁਸੀਂ ਭਾਗਾਂ ਵਾਲੇ ਹੋ ਤੁਹਾਨੂੰ ਉਹ ਬਾਪ ਮਿਲਿਆ ਜਿਹਨੇ ਕਦੀ ਮਰਨਾ ਨਹੀਂ ਬਾਪ ਹਮਾਰਾ ਸਦ ਚਿਰੰਜੀਵੀ 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 ਦਾ ਮਤਲਬ ਸਦਾ ਰਹਿਣ ਵਾਲਾ ਤੁਹਾਡਾ ਬਾਪ ਮੇਰਾ ਬਾਪ ਭਾਗਾਂ ਵਾਲੇ ਨਹੀਂ ਬਣ ਸਕੇ ਤਿੰਨ ਤਿੰਨ ਪੈਸੇ ਸਾਧਾਂ ਦੇ ਪਿੱਛੇ ਆਪਣੇ ਘਰ ਆਪਣੇ ਪਰਿਵਾਰ ਜੋੜ ਲੈ ਜੇ ਜੁੜਨਾ ਹੈ ਤਾਂ ਉੱਥੇ ਜੁੜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਆਹ ਵਾ
ਬਾਬੁਲ ਮੇਰਾ ਵੱਡ ਸਮਰੱਥਾ, ਬਾਬੁਲ ਮੇਰਾ ਵੱਡ ਸਮਰੱਥਾ, ਬਾਬੁਲ ਮੇਰਾ ਵੱਡ ਜੀ ਸੰਭਾਲੀ ਸਭ ਦੁੱਖ ਲੱਥਾ, ਜੀ ਸੰਭਾਲੀ ਸਭ ਦੁੱਖ ਲੱਥਾ, ਜੀ ਸੰਭਾਲੀ ਸਭ ਦੁੱਖ ਲੱਥਾ। ਜਿਨ੍ਹਾਂ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਆਪਣੀ ਰਸਨਾ ਤੋਂ ਲਿਆ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ। ਲਿਆ ਨਹੀਂ, ਪਿਤਾ ਦਾ ਨਾਮ ਗੁਰੂ ਅਤੇ ਭਾਗਾਂ ਵਾਲੇ ਹੋ, ਮਾਤਾ ਦਾ ਨਾਮ ਮਾਤਾ ਅਤੇ ਵਾਸੀ ਸ੍ਰੀ ਕਹਿੰਦੀ। ਘਰ ਤਾਂ ਭਾਗਾਂ ਵਾਲਿਆਂ ਨੂੰ ਮਿਲਦਾ ਹੈ, ਘਰ ਤੇ ਸਾਰੇ ਬੋਲਣਾ ਲਈ ਤੁਸੀਂ, ਇੱਕ ਉਹ ਸਿੰਘ ਆ, ਇੱਕ ਇਹ ਗੁਰੂ ਕਾ ਪਿਆਰਾ ਹੈ, ਇੱਕ ਮੇਰੀ ਧੀ ਹੋਰ ਬੈਠੀ, ਜਿਨ੍ਹਾਂ ਨੂੰ ਅੰਦਰ ਸੱਲ ਲੱਗਣ ਡਿਆ ਵੀ ਘਰ ਤੇ ਕਿਸੇ ਭਾਗਾਂ ਵਾਲੇ ਨੂੰ ਮਿਲਦਾ। ਸਾਰੇ ਹੀ ਵੀ ਘਰੇ ਤੁਰੇ ਫਿਰਦੇ ਨੇ, ਘਰਿਆ ਵਾਜਾ ਮਾਰਦਾ, ਤੇਰਾ ਕੋਈ ਘਰ ਨਹੀਂ ਮੋਗੇ ਵਾਲੀ ਚਾਰ ਦੁਆਰੀ ਜਿਹੜੀ ਚ ਤੂੰ ਬੈਠਾ ਹੈ ਨਾ, ਚਾਰ ਇੱਟਾਂ ਲਾ ਕੇ ਤੇਰਾ ਘਰ ਨਹੀਂ। ਜੇ ਤੇਰਾ ਘਰ ਹੁੰਦਾ ਤਾਂ ਤੈਨੂੰ ਇੱਥੋਂ ਚੁੱਕਦਾ ਨਾ ਕੋਈ, ਆ ਉਸ ਘਰ ਚਲੀਏ ਜਿੱਥੋਂ ਕੋਈ ਚੁੱਕ ਨਹੀਂ ਸਕਦਾ। ਇੱਕ ਵਾਰ ਵਸੀ ਹੋਈ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰੂਹ ਨੂੰ ਕੋਈ ਨਹੀਂ ਚੁੱਕ ਸਕਦਾ। ਤੈ ਜਨਮ ਨਾ ਮਰਨ ਸੋਗ ਨਾ ਹਰਖਾ, ਤੈਂ ਜਨਮ ਨਾ ਮਰਨ ਸੋਗ ਨਾ ਗਮੀ ਨਾ ਖੁਸ਼ੀ ਨਾ ਜਨਮ ਨਾ ਮਰਨ। ਭਾਗਾਂ ਵਾਲੇ ਉਹ ਅਨੰਦਪੁਰ ਸਾਹਿਬ ਦੀ ਤਸਵੀਰ ਵੇਖੋ, ਭੁੱਲ ਗਏ ਹੋ ਤੁਸੀਂ, ਆਖੋ ਵਾਹਿਗੁਰੂ। ਉੱਥੇ ਗੋਜ ਨਾਮ ਕੀ ਅੰਮ੍ਰਿਤ ਵਰਖਾ, ਗੋਜ ਉੱਥੇ 24 ਘੰਟੇ ਵਾਹਿਗੁਰੂ 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 ਨਹੀਂ ਤੇ ਲੈ ਕੇ ਜਾਓ ਗੁਰੂ ਸ਼ਬਦ, ਸਾਰੇ ਕੋਸ਼ਿਸ਼ ਕਰੋ ਜਿਹੜਾ ਗੁਰੂ ਹੈ ਨਾ ਤੂੰ ਨੀਵੇਂ ਚ ਜਾਵੇ। ਸਤਨਾਮ ਸ੍ਰੀ ਵਾਹਿਗੁਰੂ ਕੇ ਬੋਲੋ ਸਤਨਾਮ ਸ੍ਰੀ। ਕਹਿੰਦੀ ਘਰ ਮਿਲ ਗਿਆ ਹੈ ਤੇ ਘਰੋਂ ਜੀਵ ਨੂੰ ਇੱਕੇ ਵਾਰ ਸਦਾ ਲਈ ਕੱਢੀ ਦਾ ਜਦੋਂ ਜੀਵ ਮਰ ਜਾਂਦਾ ਹੈ, ਤੇ ਅਨੰਦਪੁਰ ਸਾਹਿਬ ਰਹਿਣ ਵਾਲਾ ਮਰਦਾ ਹੀ ਕੋਈ ਨਹੀਂ, ਕਰੋ ਕੱਢੋਗੇ ਕਿਸ ਤਰ੍ਹਾਂ? ਜੇ ਜਾਨ ਕੱਢਣ ਵਾਲਾ ਕੋਈ ਆਵੇ ਵੀ ਤੇ ਸੁਣ ਕੇ ਜੰਮ ਕੇ ਦੂਤ ਸੁਣਿਆ ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਜਮਦੂਤ ਛੱਡ ਗਏ, ਨਹੀਂ ਪਤਾ ਲੱਗ ਰਿਹਾ। ਸੁਣਿਆ ਮੇਰੇ ਪਿਤਾ ਗੁਰਦੇਵ ਦਾ ਨਾਮ ਕਿਹਦਾ, ਇੰਨਾ ਛਾਤੀ 'ਚੋਂ ਭਰ ਕੇ ਨਹੀਂ ਆਖਿਆ ਗੁਰੂ। ਰਾਣੀ ਕਹਿੰਦੀ ਭਾਗਾਂ ਵਾਲਿਆ ਮੈਂ ਤਾਂ ਆ ਗਈ ਜਿੱਥੇ ਆਉਣਾ ਸੀ, ਆਹ 5 ਭੂਤਕ ਸਰੀਰ ਦੀ ਟੋਕਰੀ ਖਾਣੀ ਅਤੇ ਮੈਂ ਬਹਿ ਜਾਂਦੀ ਹਾਂ, ਮੈਂ ਤਾਂ ਆ ਗਈ ਅਨੰਦਪੁਰ ਸਾਹਿਬ, ਹੁਣ ਮੈਂ ਨਹੀਂ ਜਾਂਦੀ।
ਵੇਖ ਲਿਆ ਹੈ ਨਦੀ ਨੇ ਸਮੁੰਦਰ ਦਾ ਮੂੰਹ, ਨਦੀ ਨੇ ਮਹਿਸੂਸ ਵੀ ਕਰ ਰਿਹਾ ਵੈਸੇ ਕਰ ਰਿਹਾ। ਅੱਛਾ ਜਿਉਂਦੀ ਰਹੋ, ਨਦੀ ਨੇ ਕਿੱਥੇ ਮੁੜਦੀ ਫਿਰ, ਇਹ ਤਾਂ ਤੁਸੀਂ ਅਤੇ ਮੈਂ ਹਾਂ, ਰੋਜ਼ ਆਏ ਅਤੇ ਰੋਜ਼ ਮੁੜ ਗਏ। ਆਖ ਵਾਹਿਗੁਰੂ। ਨਦੀ ਜਿੱਦਣ ਸਮੁੰਦਰ ਦਾ ਮੂੰਹ ਵੇਖ ਲੈਂਦੀ ਭਾਗਾਂ ਵਾਲਿਓ, ਇੱਧਰ ਵੇਖੋ ਜੀ ਮੇਰੇ ਵੱਲ, ਨਦੀ ਨਾਲ ਸੰਜੋਗੀ ਮੇਲੇ ਨੇ, ਨਦੀ ਸਮੁੰਦਰ ਦੇ ਵਿੱਚ ਅਭੇਦ ਹੋ ਜਾਂਦੀ, ਉਹਦੇ ਵਿੱਚੋਂ ਪਾਣੀ ਕੱਢ ਕੇ ਖੜਿਆ ਜਾ ਸਕਦਾ ਹੈ। ਆਖ ਵਾਹਿਗੁਰੂ। ਪਾਣੀ ਕੱਢ ਕੇ, ਮਗਰ ਤੁਸੀਂ ਇਹ ਨਹੀਂ ਕਹਿ ਸਕਦੇ ਗੰਗਾ ਦਾ ਜਾਂ ਜਮੁਨਾ ਦਾ ਮਿਟ ਗਈ ਮਿਟ ਗਈ ਮਿਟ ਗਈ। ਇਸ ਤਰ੍ਹਾਂ ਜਿਹੜੀ ਸਿੱਖ ਦੀ ਪਵਿੱਤਰ ਆਤਮਾ ਅਨੰਦਪੁਰ ਸਾਹਿਬ ਪਹੁੰਚੀ, ਉਹ ਤਾਂ ਗੋਬਿੰਦ ਰੂਪੀ ਸਮੁੰਦਰ ਵਿੱਚ ਲੀਨ ਹੋ ਗਈ। ਅਰਦਾਸ ਕਰਿਆ ਕਰੋ, ਨਾ ਹਨ ਦਰਬ ਨਾ ਜੋਬਨ ਮਾਤੀ। ਸਾਹਿਬਾ, ਦਰਬ ਮੈਨੇ ਕੀ ਦੱਸਿਆ ਸੀ? ਪੈਸਾ ਧਨ। ਮੇਰੇ ਪੱਲੇ ਤਾਂ ਇੰਨੇ ਪੈਸੇ ਵੀ ਨਹੀਂ, ਮੈਂ ਤੈਨੂੰ ਪੈਸੇ ਨਾ ਖਰੀਦ ਲਾਂ, ਮੈਂ ਤਾਂ ਐਡੀ ਸੋਹਣੀ ਵੀ ਨਹੀਂ, ਮੈਂ ਆਪਣਾ ਜੋਬਨ ਵਿਖਾ ਕੇ ਤੈਨੂੰ ਖਰੀਦ ਲਾਂ। ਅੱਖ ਵਾਹਿਗੁਰੂ। ਗੱਜ ਕੇ ਬੋਲੋ। ਜੋਬਨ ਵਾਲੀ ਵੀ ਆਈ ਸੀ, ਮੈਂ ਇੱਕ ਮਿੰਟ ਲਾ ਕੇ ਕਥਾ ਜਪਜੀ ਸਾਹਿਬ ਦੇ ਕਰਾਂ। ਅੱਖ ਵਾਹਿਗੁਰੂ। ਜੋਬਨ ਵਾਲੀ ਵੀ ਆਈ ਸੀ, ਚੰਬੇ ਦੀ ਰਾਣੀ, ਚੰਬੇ ਦੀ ਰਾਣੀ, ਬੋਲੋ ਇੱਕ ਵਾਰ। ਸਵਾ ਛੇ ਫੁੱਟ ਲੰਬੀ ਸੀ, ਐਡੇ ਐਡੇ ਮੋਟੇ ਨੇਤਰ, ਚੰਬੇ ਦਾ ਨੂਰ ਦੁਨੀਆ 'ਤੇ ਮੰਨਿਆ ਹਿਮਾਚਲ ਵਿੱਚ ਆ। ਭੈਣ ਜੀ ਕਿੱਧਰ ਹਾਜ਼ਰੋ? ਹਾਜ਼ਰਾਂ ਕੋ ਮੇਹਰ ਹੈ, ਮੇਹਰ ਨਾਲ ਝੋਲੀਆਂ ਉਹਨਾਂ ਦੀਆਂ ਭਰਦੀਆਂ ਜਿਹੜੇ ਹਾਜ਼ਰ ਰਹਿੰਦੇ, ਨਹੀਂ ਤਾਂ ਦੂਸਰੇ ਬਾਹਰ ਜਾ ਕੇ ਕਹਿੰਦੇ ਸਾਨੂੰ ਨਹੀਂ ਪਤਾ ਲੱਗਾ ਬਾਬੇ ਕੀ ਕਿਹਾ। ਜੋ ਕਿਹਾ ਜਿਹਨੇ ਸੁਣ ਲਿਆ ਸਮਝ ਲਓ ਮੇਹਰ ਹੋ ਗਈ। ਚੰਬੇ ਦੀ ਰਾਣੀ ਆਈ ਅਤੇ ਮੂੰਹ 'ਤੇ ਬੁਰਕਾ ਪਾ ਕੇ ਆਈ, ਸੋਹਣੀ ਬੜੀ ਸੀ। ਅੱਖ ਵਾਹਿਗੁਰੂ। ਜਦੋਂ ਅੱਗੋਂ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ, ਬੋਲੋ ਬਲਾ, ਕਿ ਸਾਹਿਬ ਕਿ ਹੁਸਨਲ ਚਰਾਗ ਹੈ, ਕਿ ਹੁਸਨਲ ਚਰਾਗ ਹੈ, ਕਿ ਆਪਣੀ ਸੁੰਦਰਤਾ ਦਾ ਮਾਣ ਕਰਨ ਵਾਲੀ ਸਹਿਬ ਸੁੰਦਰ ਨੂੰ ਵੇਖਿਆ ਪੈਰਾਂ 'ਚ ਡਿੱਗ ਪਈ, ਅੰਦਰੋਂ ਹੀ, ਅੱਗੇ ਪਿੱਛੇ ਲੱਗੀ ਲੈਣ 'ਚ, ਮਗਰ ਅੰਦਰੋਂ ਹੰਕਾਰ ਟੱਟ ਕੇ ਢੇਰੀ ਹੋ ਗਿਆ। ਕਹਿਣ ਲੱਗੀ, ਸਾਹਿਬਾ ਮੈਂ ਸੁਣਿਆ ਹੈ ਆਪ ਜੀ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਅਤੇ ਤੁਸੀਂ ਅੰਦਰ ਦੀਆਂ ਜਾਣਦੇ ਹੋ। ਕੌਣ ਕਹਿੰਦੀ? ਚੰਬੇ ਦੀ ਰਾਣੀ। ਤੁਸੀਂ ਅਤੇ ਜੇ ਸੱਚਮੁੱਚੀ ਜਾਣਦਾ ਹੈ ਨਾ, ਅਤੇ ਮੇਰੀ ਇੱਕ ਅਰਦਾਸ ਹੈ, ਜਿਹੜੀ ਤੇਰੇ ਕੋਲ ਧੀ ਰਾਣੀ ਜਾਂ ਪ੍ਰੇਮੀ ਆਉਂਦਾ ਹੈ ਅਤੇ ਤੂੰ ਉਹਦੇ ਸਿਰ 'ਤੇ ਮਸਤਕ 'ਤੇ ਤੀਰ ਲਾਉਣਾ ਹੈ, ਮੈਂ ਚਾਹੁੰਦੀ ਹਾਂ ਮੇਰੀ ਪਿੱਠ 'ਤੇ ਹੱਥ ਫੇਰ ਕੇ ਸੀਸ ਦੇ। ਰਾਣੀ ਨੇ ਮਨ 'ਚ ਫੁਰਨਾ ਬਣਾ ਲਿਆ, ਅੱਖ ਵਾਹਿਗੁਰੂ। ਅਤੇ ਅੰਦਰ ਦੀਆਂ ਜਾਣਨ ਵਾਲਾ ਘੱਟ ਘੱਟ ਕੇ ਭਲੇ
ਉਹਦੀ ਬਿਰਤੀ ਭਲੀ ਜਾਂ ਉਹਦੀ ਬਿਰਤੀ ਬੁਰੀ, ਇਹ ਤਾਂ ਜਾਣਦਾ ਸੀ ਉਹ, ਇਹਨੇ ਕੀ ਸੋਚਿਆ। ਆ ਗਈ ਵਾਰੀ ਉਹਦੀ ਜਿਹਨੇ ਮੂੰਹ 'ਤੇ ਬੁਰਕਾ ਪਾਇਆ ਸੀ, ਇੱਥੋਂ ਚੁੱਕਤਾ ਤਾਂ ਬੁਰਕਾ, ਵੇਖਿਆ ਸਾਹਿਬੇ ਕਮਾਲ ਪਾਤਸ਼ਾਹ ਨੂੰ, ਅਤੇ ਮਨ ਵਿੱਚ ਇਹ ਸੋਚਦੀ ਆ ਵੀ ਇੱਥੋਂ ਤੱਕ ਮੇਰਾ ਮੈਸੇਜ ਕਨਵੇ ਹੋ ਗਿਆ ਹੋਊਗਾ, ਮੇਰਾ ਮੈਸੇਜ ਚਲੇ ਗਿਆ ਹੋਊਗਾ, ਅਤੇ ਸਾਰਿਆਂ ਨੂੰ ਤਾਂ ਦਿੰਦਾ ਤੀਰ ਨਾਲ ਅਸੀਸ, ਅਤੇ ਮੇਰੀ ਸੁੰਦਰਤਾ ਵੇਖ ਕੇ ਮੇਰੀ ਪਿੱਠ 'ਤੇ ਹੱਥ ਫੇਰੂ, ਤੇਰੇ ਤੱਕ ਮੇਰਾ ਮੈਸੇਜ ਨਹੀਂ ਗਿਆ। ਰਾਣੀ ਨੇ ਕਿਹਾ, ਕਿਹਨੇ ਕਿਹਾ? ਚੰਬੇ ਦੀ ਰਾਣੀ ਨੇ ਕਿਹਾ, ਤੇਰੇ ਤੱਕ ਮੇਰਾ ਮੈਸੇਜ ਨਹੀਂ ਪਹੁੰਚਿਆ। ਅਤੇ ਸੋਹਣਿਆਂ ਦਾ ਸਰਤਾਜ ਬੋਲਿਆ, ਹੁਸਨ ਦਾ ਜਗ ਦਾ ਚਿਰਾਗ ਬੋਲਿਆ, ਅਖ ਵਾਹਿਗੁਰੂ, ਪਤਾ ਕੀ ਆਖਿਆ? ਪਹੁੰਚ ਗਿਆ ਧੀਏ, ਲੱਕ ਤੋੜ ਕੇ ਰੱਖਤਾ। ਜਦੋਂ ਕਿਸੇ ਨੂੰ ਕੋਈ ਧੀ ਕਹਿਦੇ, ਸਾਰੇ ਰਿਸ਼ਤੇ ਖਤਮ ਹੋ ਗਏ ਜਿਹੜੇ ਇਨਸਾਨ ਦੇ ਬਣੇ ਰਿਸ਼ਤੇ ਆ। ਪਿਓ ਅਤੇ ਧੀ ਦੇ ਰਿਸ਼ਤੇ 'ਚ ਇੰਨੀ ਪਵਿੱਤਰਤਾ ਹੈ, ਭਾਵੇਂ ਅੱਜ ਦੇ ਸਮਾਜ ਨੇ ਦਾਗਦਾਰ ਕਰਤਾ ਹੈ। ਬੱਚੀ ਸਭ ਤੋਂ ਸੇਫ ਜਗ੍ਹਾ ਇਹ ਸਮਝਦੀ ਜਦੋਂ ਆਪਣੇ ਬਾਪ ਦੀ ਗੋਦ ਵਿੱਚ ਬੈਠੀ ਹੁੰਦੀ। ਆਖੋ ਇਹ ਕੀ ਆਖਿਆ? ਸਮਝ ਪਹੁੰਚ ਗਿਆ ਧੀਏ, ਅਤੇ ਫਿਰ ਤੁਸੀਂ ਮੇਰੀ ਪਿੱਠ 'ਤੇ ਹੱਥ ਕਿਉਂ ਨਹੀਂ ਫੇਰਿਆ? ਆਖੋ ਵਾਹਿਗੁਰੂ। ਅਤੇ ਉਹ ਕਰੈਕਟਰ ਦੀ ਮੂਰਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੋਲੇ, ਧੀਏ ਇਹ ਜਿਹੜਾ ਕੜੇ ਵਾਲਾ ਹੱਥ ਆ ਨਾ ਗੁਰੂ ਗੋਬਿੰਦ ਸਿੰਘ ਦਾ, ਇਹ ਮਾਤਾ ਜੀਤ ਕੌਰ ਦੇ ਸਰੀਰ ਤੋਂ ਬਿਨਾਂ ਕਿਸੇ ਔਰਤ ਦੇ ਸਰੀਰ ਨੂੰ ਛੋਇਆ ਵੀ ਨਹੀਂ। ਮੈਂ ਨਹੀਂ ਕਿਸੇ ਔਰਤ ਨੂੰ ਹੱਥ ਲਾ ਕੇ ਅਸੀਸ ਦਿੱਤੀ। ਇਹ ਗੁਰੂ ਗੋਬਿੰਦ ਸਿੰਘ ਦਾ ਕਰੈਕਟਰ ਹੈ। ਨਾਹਨ ਦਰਬ ਨਾ ਜੋਬਨ ਮਾਤੀ, ਅਤੇ ਹੱਥ ਜੁੜ ਕੇ ਕਿਹਾ, ਮੋਏ ਅਨਾਥ ਕੀ ਕਰੋ ਸਮਾਈ, ਮੈਨੂੰ ਅਨਾਥ ਨੂੰ ਆਪਣੇ ਚਰਨਾਂ 'ਚ ਅਪੇਦ ਕਰ ਲਓ, ਹੱਥ ਜੋੜਿਆ ਕਰ, ਮੋਹੇ ਪਰਦੇਸਣ। ਫਿਰ ਬੋਲੋ, ਮੋਹੇ ਮੈਂ ਪਰਦੇਸਣ ਬੜੀ ਦੂਰੋਂ ਚੱਲ ਕੇ ਆਈ ਹਾਂ, ਮੈਨੂੰ ਆਪਣੇ ਚਰਨਾਂ 'ਚ ਰੱਖ ਲਈ, ਇਹ ਮੇਰੀ ਬੱਚੀ ਹੈ, ਅਰਦਾਸ ਕਰਕੇ ਜਾ। ਮੇਰੇ ਵੀਰਾ ਮੋਗੇ 'ਚ ਰਹਿਣ ਵਾਲਿਆ, ਅਰਦਾਸ ਕਰਕੇ ਜਾ, ਸ਼ਬਦ ਨੂੰ ਸੁਣਨ ਦੀ ਆਦਤ ਪਾ। ਅੱਖ ਵਾਹਿਗੁਰੂ ਕਿਨੂੰ ਜੀ, ਸ਼ਬਦ ਨੂੰ ਸੁਣਨ ਦੀ ਆਦਤ, ਨਾ ਸੁਣ ਢਿੱਡਾਂ ਵਾਲਿਆਂ ਬਾਬਿਆਂ ਦੀਆਂ ਸਾਖੀਆਂ, ਨਾ ਸੁਣਿਆ ਕਰ ਉਹਦੀ ਸਾਖੀ ਜਿਹੜਾ ਜੰਮਿਆ ਅਤੇ ਮਰ ਗਿਆ, ਨਹੀਂ ਪਤਾ ਲੱਗਾ ਜੀ ਜਿਹੜਾ ਇਹ ਜਿੰਨੇ ਨੇ ਦੇਵੀ ਦੇਵਤੇ ਪੀਰ ਪਕੰਬਰ ਬਾਬੇ ਛੱਬੇ, ਇਹ ਜੰਮੇ ਵੀ ਨੇ ਅਤੇ ਮਰੇ ਵੀ ਨੇ, ਅੱਗੇ ਮਰਦੇ ਰਹਿਣਾ ਹੈ। ਜਿਹੜਾ ਜੰਮਿਆ ਅਤੇ ਮਰਿਆ ਉਹਨਾਂ ਦੀਆਂ ਸਾਖੀਆਂ ਨਾ ਸੁਣਿਆ ਕਰ, ਆ ਉਹਦੀ ਸਾਖੀ ਸੁਣ। ਅਜਨਮ ਅਜਾਏ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਾ ਪੁੱਤਰੇ ਨਾ ਪੁੱਤਰੇ ਨਾ ਛਤਰੇ ਨਾ ਮਿੱਤਰੇ, ਅਮਿੱਤੋ ਅਮੀਕ ਹੈ ਨਿਰਸ਼ਰੀਕ ਹੈ। ਨਿਰਸ਼ਰੀਕ ਦੀ ਸਾਖੀ ਸੁਣ, ਸ਼ਬਦ ਦੀ ਸਾਖੀ ਸੁਣ,
ਇੱਕ ਵਾਰ ਆਪ ਜੀ ਨੂੰ ਬੇਨਤੀ ਕਰਾਂ, ਨਿਰਸਾਕਨ ਸ਼ਰੀਕ ਹੈ ਅਮਿਤੋ। ਇੱਕ ਵਾਰ ਦੁਨੀਆ ਭਰ 'ਤੇ ਲੱਭ ਲਵੀਂ ਆਪਣੀ ਸੁਰਤ ਨੂੰ ਭਜਾ ਭਜਾ ਕੇ, ਉਹ ਕਿਹੜਾ ਹੈ ਜਿਹਦਾ ਕੋਈ ਸ਼ਰੀਕਾ ਨਹੀਂ, ਉਹ ਕੌਣ ਆ ਜਿਹਦੀ ਮਾਂ ਹੈ ਨਹੀਂ, ਉਹ ਕੌਣ ਆ ਜਿਹਦਾ ਪਿਓ ਹੈ ਨਹੀਂ, ਉਹ ਕੌਣ ਆ ਜਿਹਦਾ ਪੁੱਤ ਕੋਈ ਨਹੀਂ, ਉਹ ਕੌਣ ਆ ਜਿਹਦੇ ਪੋਤਰੇ ਕੋਈ ਨਹੀਂ। ਤੈਨੂੰ ਲੱਭੂਗਾ ਮੁੜ ਕੇ ਆਣ ਕੇ। ਗੁਰੂ ਕਿਆ ਸਿੱਖਾ, ਗੁਰੂ ਦਾ ਸ਼ਬਦ, ਗੁਰੂ ਦਾ ਉੱਚੀ ਬੋਲੋ, ਫਿਰ ਤੂੰ ਸ਼ਬਦ ਵਿੱਚ ਆਏਗਾ, ਫਿਰ ਸ਼ਬਦ ਨੂੰ ਪੂਜੇਗਾ। ਅਜੇ ਤੇ ਸੱਜਣਾ 450-500 ਸਾਲ ਗਿਆ ਹੀ ਲੰਘ ਤੇ ਤੂੰ ਸਰੀਰਾਂ ਦੀ ਪੂਜਾ ਵਿੱਚ ਲੱਗਾ ਹੈ, ਸਰੀਰਾਂ ਦੀ ਤੂੰ ਪੂਜਾ ਕਰ ਰਿਹਾ, ਉਹਨਾਂ ਦੀ ਪੂਜਾ ਕਰ ਰਿਹਾ ਜਿਹੜੇ ਜੰਮੇ ਵੀ, ਪਤਾ ਲੱਗਾ ਜੀ, ਜਿਹੜੇ ਜੰਮ ਗਏ। ਸੱਚ ਆ ਕਿ ਝੂਠਾ ਬੋਲਣਾ, ਅਜੇ ਵੀ ਲੱਗੇ ਹੋ, ਕਿਹਨੇ ਆਖਿਆ ਨਹੀਂ। ਰਾਤੀ ਜਦੋਂ ਮੈਂ ਗਿਆ ਤਾਂ ਇੱਥੇ ਬੜੇ ਬੜੇ ਬਾਬਾ ਅਜੀਤ ਸਿੰਘ ਦੇ ਭਰਾ ਆਏ, ਸਾਹਿਬਜ਼ਾਦੇ ਦੇ, ਉਤਰਾਂ ਦੀਆਂ ਗੋਲ ਪੱਗਾਂ ਵਾਲੇ, ਸੋਹਣੇ ਚਿਹਰਿਆਂ ਵਾਲੇ। ਬਾਹਰ ਜਾ ਕੇ ਇਸ ਮਿੱਟੀ ਦੀ ਢੇਰੀ ਨੂੰ ਕਹਿੰਦੇ ਮੇਰੇ ਨਾਲ ਫੋਟੋ ਲਵਾ ਲਓ। ਆਖੋ ਵਾਹਿਗੁਰੂ। ਮੈਂ ਕਿਹਾ ਅੱਗੇ ਕਿੰਨਿਆਂ ਦੀਆਂ ਲੈ ਕੇ ਰੱਖੀਆਂ। ਸਰੀਰ ਕਈ ਹੋ ਸਕਦੇ, ਸ਼ਬਦ ਇੱਕੋ ਹੀ ਆ। ਇੱਕ ਸ਼ਬਦ ਮੇਰੇ ਅਤੇ ਮੈਂ ਹੱਥ ਜੋੜੇ। ਸੱਜਣਾ, ਸਰੀਰਾਂ ਦੀਆਂ ਫੋਟੋਆਂ ਮੋਬਾਈਲ 'ਚ ਫਿੱਟ ਕਰਕੇ ਕੀ ਕਰੋਗੇ? ਆਓ ਉਹਦੀ ਫੋਟੋ ਵਸਾਈ ਹੈ ਜਿਹਦੀ ਫੋਟੋ ਮੋਬਾਈਲ 'ਚ ਨਹੀਂ ਆਉਂਦੀ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿੰ ਜੇ ਰੂਪ ਰੰਗ ਅਰ ਰੇਖ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਚਾਏ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਵ ਸਰਬਨਾਮ ਕਥੇ ਕਵਨ ਕਰਮ ਨਾਮ ਰੂਪ ਨ ਰੇਖ ਨ ਰੰਗ ਕਿਛ ਤਿਸੇ ਬੁਝਾਏ ਨਾਨਕਾ। ਤਸਵੀਰ ਵੇਖੀ ਜਾਂਦੀ ਆ, ਤਸਵੀਰ ਇੱਕ ਵਾਰ ਬੋਲੋ ਸੁਚੇਤ ਹੋ ਕੇ। ਮੈਨੂੰ ਪਤਾ ਘੱਟ ਬੰਦਿਆਂ ਨੂੰ ਪਤਾ ਲੱਗ ਰਿਹਾ, ਕਿਉਂਕਿ ਆਪਾਂ ਸੁਣ ਗਿਜੇ ਹਾਂ ਅਤੇ ਝੂਮਦੇ, ਫਿਰ ਝੂਮਦੇ। ਇਸ ਕਬੋਲ ਵੇਖਿਆ ਕਦੇ? ਵੇਖਿਆ ਉਹਨੂੰ ਸਾਰੇ ਨੂੰ ਬੋਲ ਲਓ ਵਿੱਚ ਕੁਝ ਹੈਗਾ। ਇਹਨਾਂ ਸਾਖੀਆਂ 'ਚੋਂ ਤੁਹਾਨੂੰ ਕੱਖ ਨਹੀਂ ਲੱਭਣਾ। ਸਾਖੀ ਸੁਣ ਲਓ ਗੁਰੂ ਕੇ ਸਿੱਖੋ, ਸੱਚ ਗੁਰ ਕੀ ਸਾਖੀ ਬੋਲੋ। ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ। ਸਿੱਖਾ ਬਾਣੀ ਪੜ, ਸ਼ਬਦ ਗੁਰੂ ਦੀ ਸਾਖੀ ਵਿੱਚ ਆ। ਸਾਖੀ ਮੀਨਜ ਸਿੱਖਿਆ ਹੁੰਦਾ ਜੇ, ਬੋਲੋ ਸਾਖੀ ਮੀਨਜ ਅਤੇ ਸਿੱਖਿਆ ਸਰੀਰ 'ਚੋਂ ਨਹੀਂ ਮਿਲਣੀ, ਸਿੱਖਿਆ। ਹੁਣ ਬਾਬਾ ਨਾਨਕ ਪਿਤਾ ਗੁਰਦੇਵ ਜੀ ਆਏ ਨੇ ਧਰਤੀ 'ਤੇ, ਜੇ ਸ਼ਬਦ ਨਾ ਬੋਲਦੇ ਕਿਤਰਾ ਰਾਹ ਲੱਭਦਾ ਸਾਨੂੰ? ਆਖੋ ਵਾਹਿਗੁਰੂ। ਉਹਨਾਂ ਦੇ ਸ਼ਬਦਾਂ ਨੇ ਰਾਹ ਵਿਖਾਇਆ ਕਿ ਸਰੀਰ ਨੇ? ਬੋਲੋ ਨਾ, ਜੋ ਬਾਣੀ ਬੋਲੀ ਉਹਨੇ ਰਾਹ ਵਿਖਾਇਆ ਨਾ। ਸਿੱਖਾ ਬਾਣੀ ਨਾਲ ਜੋੜ, ਜਾਗ ਉੱਠ,
ਬਹੁਤ ਸਮਾਂ ਬਰਬਾਦ ਹੋ ਗਿਆ ਤੂੰ ਬੰਦੇ ਦੀ ਗੱਲ ਕਰਕੇ। ਆਹ ਜਿਹਦੇ ਲੜ ਲਾਇਆ ਬਾਣੀ ਗੁਰੂ ਵਿੱਚ ਬਾਣੀ ਗੁਰ 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 ਬਾਣੀ ਕਹੇ ਗੁਰਬਾਣੀ ਨਹੀਂ ਗੁਰ ਗੁਰੂ ਨੇ ਜਿਹੜੀ ਬਾਣੀ ਅਤੇ ਆ ਸਾਰੇ ਉਹਦੇ ਸੇਵਕਾਂ ਦਾ ਧਰਮ ਬਣਦਾ ਹੈ ਵੀ ਉਸ ਗੱਲ ਨੂੰ ਮੰਨੇ ਕੀ ਅਤੇ ਫਿਰ ਵੇਖੀ ਤੈਨੂੰ ਇਤਰਾ ਲੱਗੂਗਾ ਪ੍ਰਤੱਖ ਗੁਰੂ ਤੇਰੇ ਨਾਲ ਤੁਰਿਆ ਫਿਰਦਾ ਹੈ ਤੇਰਾ ਨਿਬੇੜਾ ਕਰਾਊਗਾ। ਛੱਡ ਦੋਗੇ ਅੱਜ ਤੱਕ? ਅੱਜ ਤੋਂ ਛੱਡ ਦੋ ਨਾ, ਮੇਰੇ ਵਰਗੇ ਕਈ ਆਏ ਯੋਰ ਚੱਲ ਆ ਕੇ ਚਲੇ ਗਏ। ਜਿਹੜੀ ਚੇਤਨਤਾ ਤੁਹਾਡੀ 'ਚ ਸਰੀਰ ਵਸ ਗਏ ਨੇ ਇਹਨਾਂ ਨੂੰ ਕੱਢਣਾ ਬੜਾ ਔਖਾ ਹੈ। ਮੇਰਾ ਤਰਲਾ ਹੈ ਵੀ ਆਪਣੀ ਚੇਤਨਤਾ 'ਚੋਂ ਸਰੀਰ ਕੱਢੋ ਅਤੇ ਸ਼ਬਦ ਵਸਾਓ। ਇੱਕ ਸ਼ਬਦ ਮੇਰੇ ਪ੍ਰਾਣਾਂ ਵਿੱਚ ਵਸਾ ਲਓ, ਗੁਰੂ 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 ਗੁਰੂ। ਸਤਨਾਮ ਸ੍ਰੀ ਗੁਰੂ। ਬੜੀ ਪਿਆਰੀ ਯਾਤਰਾ ਸੀ ਇੱਕ, ਸਮਝ ਲੈ ਤੇ ਤੁਸੀਂ ਮੁੱਲਾਂ ਵਾਲਪੁਰ ਵਾਲੇ। ਬਾਬੇ ਨਾਨਕ ਨੇ ਸਰੀਰ ਵਿੱਚ 70 ਸਾਲ ਪ੍ਰਚਾਰ ਕਰਕੇ ਉਹ ਸਰੀਰ ਕਿਉਂ ਛੱਡਤਾ? ਚਾਹੁੰਦਾ ਤਾਂ ਰੱਬ ਸੀ, ਸਦਾ ਹੀ ਜੀਂਦਾ ਰਹਿ ਸਕਦਾ ਸੀ, ਨਹੀਂ ਪਤਾ ਲੱਗਿਆ ਜੀ। ਜਿੰਨਾ ਚਿਰ ਲੰਮੇਰੀ ਉਮਰ ਸਰੀਰ ਨਾ ਹੀ ਛੱਡਦਾ। ਲੋਕਾਂ ਨੇ ਸਰੀਰ ਦੀ ਪੂਜਾ ਕਰ, ਹਾਂ ਉਹਨੇ ਉਹ ਸਰੀਰ ਵੀ ਬਦਲਦਾ। ਉਹੀ ਸ਼ਬਦ ਗੁਰੂ ਅੰਗਦ ਦੇਵ ਸਾਹਿਬ ਕੋਲ ਚਲੇ ਗਏ, ਉਹੀ ਸ਼ਬਦ ਅੰਗਦ ਦੇਵ ਸਾਹਿਬ 'ਚ ਰਹਿ ਜਾਂਦੇ ਅਤੇ ਅੰਗਦ ਦੇਵ ਸਾਹਿਬ ਦੀ ਪੂਜਾ ਹੋਣ ਲੱਗ ਪੈਂਦੀ ਸਰੀਰ ਦੀ। ਪਤਾ ਲੱਗ ਰਿਹਾ ਜੀ ਮੇਰੇ ਵੱਡੇ ਭਾਗ ਆ, ਜੇ ਤੁਸੀਂ ਇਹ ਸਮਝ ਲਓ ਤਾਂ ਪਤਾ ਲੱਗ ਰਿਹਾ ਧੀਏ। ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ, ਆ ਗਈ ਗੱਲ ਉੱਥੇ ਜਿੱਥੇ ਲਿਆਉਣਾ ਚਾਹੁੰਦਾ ਸੀ। ਸਭ ਸਿੱਖਣ ਕੋ ਲੈ ਆਇਆ ਉਹ ਬਾਬਾ ਨਾਨਕ ਦਸਾਂ ਸਰੂਪਾਂ 'ਚ ਖੇਡ ਖੇਡ ਕੇ, ਖੇਲ 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 ਖੇਲਣ ਅੰਤ ਕੋ ਫਿਰ ਇਹ ਸਰੀਰ ਦਸ ਹੋ ਸਕਦੇ, ਸ਼ਬਦ ਇੱਕੋ ਹੀ ਹੈ ਸਰੀਰ। ਬੋਲੋ ਜੀ ਗੁਰਮੁਖੋ ਪਿਆਰਿਓ, ਸਰੀਰ ਸ਼ਬਦ ਉਸ ਗੱਲ 'ਤੇ ਲੈ ਦਿੱਤਾ ਜਿੱਥੇ ਸ਼ਬਦ ਨਾਲ ਮੇਰਾ ਗੁਰੂ ਜੋੜਨ ਆਇਆ ਸੀ। ਆਓ ਅੱਜ ਸ਼ਬਦ ਦੀ ਕਥਾ ਕਰ ਲਈਏ, ਸਮਾਂ ਫਿਰ ਦੌੜ ਗਿਆ। ਅੱਜ ਮੇਰਾ ਬਾਬਾ ਕਹਿੰਦਾ ਇਸ ਪੌੜੀ ਵਿੱਚ ਸੋਧਰ ਦੀ ਪੌੜੀ ਆ, ਆਪ ਜੀ ਨੂੰ ਬੇਨਤੀ ਕਰਦਾ ਇਹਦੇ ਵਿੱਚ ਰਹਿਰਾਸ ਦੇ ਸੋਧਰ ਵਿੱਚ ਅਤੇ ਆਸਾ ਰਾਗ ਵਿੱਚ ਜਿਹੜਾ ਸੋਧਰ ਉਚਾਰਿਆ ਇਹਨਾਂ 'ਚ ਫਰਕ ਆ। ਕਿਉਂ ਭਲਾ ਆਖੋ ਇਹ? ਚਲੋ ਕੋਈ ਗੱਲ ਨਹੀਂ, ਹੈਗਾ ਨਾ ਹੈਗਾ। ਇੱਕ ਸੁਖਮਨੀ ਸਾਹਿਬ ਵਿੱਚ ਆਉਂਦਾ ਆਦ ਸੱਚ ਜੁਗਾਦ ਸੱਚ, ਜਪਜੀ ਸਾਹਿਬ ਵਿੱਚ ਹੈ ਭੀ ਆ, ਉੱਥੇ ਹੈ ਭੇ ਆ। ਕਿਉਂ? ਸ਼ਾਬਾਸ਼। ਸੁਖਮਨੀ ਸਾਹਿਬ ਦੀ ਕਥਾ ਚੱਲ ਰਹੀ ਸੀ ਉੱਥੇ ਚੰਡੀਗੜ੍ਹ, ਜਦੋਂ ਪੰਜ ਬਾਣੀਆਂ ਦੀ ਵੀ ਕਥਾ ਹੋਈ ਟੀਵੀ 'ਤੇ ਆਉਂਦੀ ਤੁਹਾਡੇ ਕੋਲ। ਉਹ ਪੰਜ ਬਾਣੀਆਂ ਦੀ ਕਥਾ ਕਰਦਿਆਂ ਜਦੋਂ ਸ੍ਰੀ ਸੁਖਮਨੀ ਸਾਹਿਬ ਦਾ ਇਹ ਸਲੋਕ ਆਇਆ ਤਾਂ ਮੈਂ ਬੜੇ ਵਿਦਵਾਨਾਂ ਨੂੰ ਫੋਨ ਕੀਤਾ ਵੀ ਮੈਨੂੰ ਦੱਸੋ, ਮੈਂ ਤਾਂ ਪੜ੍ਹਿਆ ਨਹੀਂ ਕਿਤੇ, ਵਿੱਦਿਆ ਨਹੀਂ ਲਈ। ਆਖੋ ਵਾਹਿਗੁਰੂ। ਜਿਹੜਾ ਵਿੱਦਿਆ ਕਹਿੰਦੇ ਸੀ ਨਾ 13-13 ਸਾਲ 20-20 ਸਾਲ ਲਈ, ਮੈਂ ਉਹਨਾਂ ਨੂੰ ਪੁੱਛਿਆ ਪਤਾ ਲੱਗ ਰਿਹਾ ਪੁੱਤ
ਵੀ ਇਹ ਭੀ ਅਤੇ ਭੇਜ ਦਾ ਕੀ ਫਰਕ ਆ, ਕਿਸੇ ਨਾ ਦੱਸਿਆ, ਕਿਸੇ ਟੀਕੇ 'ਚੋਂ ਨਾ ਮਿਲਿਆ। ਫਿਰ ਉਹਨੂੰ ਆਵਾਜ਼ ਮਾਰੀ, ਹੈ ਤੇ ਲਾਲ ਹੀ ਕਿ ਦੂਰ ਆ, ਫਿਰ ਬੋਲੋ ਅੰਗ ਸੰਗੇ, ਅੰਗ ਸੰਗੇ, ਅੰਗ ਸੰਗ ਰਹਿਣ ਵਾਲੇ ਆ ਬਾਬਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੁਸੀਂ ਬਖਸ਼ਿਸ਼ ਕਰ ਦਿਓ, ਵਿਦਵਾਨਾਂ ਨੂੰ ਤਾਂ ਪਤਾ ਨਹੀਂ ਲੱਗਾ। ਇੱਕਦਮ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅੰਦਰ ਬੋਲੇ, ਪੁੱਤ ਅਰਥ ਉਹੀ ਆ, ਸਿਰਫ ਇੱਕ ਜਿਹੜਾ ਸਲੋਕ ਜਪਜੀ ਸਾਹਿਬ ਦਾ ਉੱਥੇ ਭੀ ਤਾਂ ਲਿਖਿਆ ਵੀ ਸਿੱਖ ਨੂੰ ਪਤਾ ਲੱਗ ਜਾਵੇ ਵੀ ਇਹ ਸਲੋਕ ਸ੍ਰੀ ਜਪਜੀ ਸਾਹਿਬ ਦਾ ਹੈ ਬਸ, ਅਤੇ ਜਿਹੜਾ ਸੁਖਮਨੀ ਸਾਹਿਬ ਦਾ ਹੈ ਉਹਦੇ 'ਤੇ ਪਤਾ ਲੱਗ ਜਾਵੇ ਵੀ ਇਹ ਸ੍ਰੀ ਸੁਖਮਨੀ ਸਾਹਿਬ ਦਾ ਸਲੋਕ ਆ। ਇੱਕ ਸਲੋਕ ਆ, ਜਿੰਨੀ ਨਾਮ ਧਿਆਇਆ ਗੈਮ ਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਇੱਕ ਹੈਗਾ ਹੋਰ ਕੇਤੀ ਛੁੱਟੀ, ਇਹ ਦੋਵਾਂ 'ਚ ਫਰਕ ਪਾਉਣ ਦਾ ਮਤਲਬ ਹੈ ਇਹ ਸਲੋਕ ਪਹਿਲੇ ਦਾ ਵਾ ਕੇਤੀ ਛੁੱਟੀ ਨਾਲ, ਅਤੇ ਜਦੋਂ ਦੂਸਰੀ ਵਾਰ ਪੜ੍ਹਿਆ ਹੋਰ ਕੇਤੀ ਛੁੱਟੀ ਨਾਲ, ਸਿੱਖ ਸਮਝੂਗਾ ਇਹ ਗੁਰੂ ਅੰਗਦ ਦੇਵ ਸਾਹਿਬ ਦਾ ਵਚਨ। ਇੰਨਾ ਹੀ ਫਰਕ ਸੀ। ਇਹ ਸੋਦਰ ਵਿੱਚ ਵੀ ਅੱਜ ਪਤਾ ਲੱਗ ਗਿਆ ਜੀ, ਸੋਦਰ ਵਿੱਚ ਵੀ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਤੇਰਾ ਉਦਾਰ ਕਿਹੜਾ ਹੈ, ਤੇਰਾ ਮੰਦਰ ਕਿਹੜਾ ਹੈ, ਘਰ ਕਿਹੜਾ ਹੈ। ਇੱਥੇ ਅਰਥ ਕਰਨ ਵਾਲੇ ਨੇ ਇਹ ਅਰਥ ਕੀਤੇ ਆ, ਅੱਖ ਵਾਹਿਗੁਰੂ ਇੱਥੇ ਵੇਖ ਕੇ ਤੈਨੂੰ ਯਾਦ ਕਰਦੇ ਨੇ। ਜਿੱਤ ਵੈ ਸਰਬ ਸੰਭਾਲੇ, ਸੰਭਾਲੇ ਨਹੀਂ ਕਹਿਣਾ ਸੰਭਾਲੇ। ਇਹਨੇ ਕਿੱਥੇ ਇਹ ਟੀਕਾਕਰਨ ਨੇ ਅਰਥ ਕੀਤਾ ਮੇਰੇ ਸਾਹਮਣੇ ਜਿਹੜਾ ਕੰਪਿਊਟਰ ਪਿਆ, ਅੱਖ ਵਾਹਿਗੁਰੂ ਇਹਨੇ ਅਰਥ ਕੀਤਾ ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ, ਤੁਸੀਂ ਵੀ ਇਹੀ ਸਮਝਦੇ ਹੋ ਇਹੋ ਹੀ। ਸ਼ਬਦ ਦੀ ਚਾਲ ਵੇਖੋਗੇ ਤਾਂ ਸਾਰੇ ਯਾਦ ਕਰ ਰਹੇ ਆ, ਉਹ ਤੇਰਾ ਦਰ ਕਿਹੜਾ ਹੈ, ਉਹ ਘਰ ਕਿਹੜਾ ਹੈ, ਜਿਹਨੂੰ ਟੇਕ ਬਣਾ ਕੇ ਤੈਨੂੰ ਸਾਰੇ ਯਾਦ ਕਰਦੇ ਨੇ, ਗਾਉਂਦੇ ਤੈਨੂੰ, ਹਵਾ ਵੀ ਗਾਉਂਦੀ, ਪਾਣੀ ਵੀ ਗਾਉਂਦਾ, ਅੱਗ ਵੀ ਗਾਉਂਦੀ, ਮਗਰ ਉਹ ਆਖਿਰ ਘਰ ਕਿਹੜਾ ਹੈ ਪਤਾ ਲੱਗਾ ਜੀ? ਨਹੀਂ, ਉਹ ਸੰਭਾਲੇ ਦਾ ਮਤਲਬ ਯਾਦ ਕਰਦੇ। ਸਾਹੇ ਸਾਹੇ ਤੁਧ ਸੰਭਲਾਂ, ਸੰਭਲਾਂ ਸੰਭਾਲੇ ਇੱਕੋ ਸ਼ਬਦ ਹੈ। ਹੇ ਵਾਹਿਗੁਰੂ ਜੀ ਸਵਾਸ ਸਵਾਸ ਤੈਨੂੰ ਕਦੇ ਨਾ ਵਿਸਾਰਿਓਂ, ਕਦੀ ਵੀ ਤੈਨੂੰ ਭੁੱਲਾਂ ਨਾ। ਸਾਹਿਬ ਯਾਦ ਕਰਦਿਆਂ ਕਰਦਿਆਂ ਜਿਉਂ ਜਿਉਂ ਸਾਹਿਬ ਮਨ ਵਸੇ, ਮੂੰਹ 'ਚੋਂ ਬੋਲਦਿਆਂ ਬੋਲਦਿਆਂ ਜਿਉਂ ਜਿਉਂ ਸਾਹਿਬ ਉੱਚੀ ਬੋਲੋ ਮਨ ਵਿੱਚ ਵੱਸਦਾ, ਤਿਉਂ ਤਿਉਂ ਅੰਮ੍ਰਿਤ ਪੀਊਂ, ਨਹੀਂ ਪਤਾ ਲੱਗਦਾ। ਜਿਉਂ ਜਿਉਂ ਮਨ ਵਿੱਚ ਉਤਰਦਾ ਜਾਂਦਾ ਹੈ ਤਿਉਂ ਤਿਉਂ ਉਹ ਜਪਿਆ ਹੋਇਆ ਨਾਮ ਅੰਮ੍ਰਿਤ ਕਨਵਰਟ ਕਰੀ ਜਾਂਦਾ ਅੰਦਰ, ਨਹੀਂ ਪਤਾ ਲੱਗਾ ਜੀ? ਸਾਹੇ ਸਾਹੇ ਤੁਧ ਸੰਭਲਾਂ, ਬੋਲੋ ਹਾਂ ਸੰਭਲਾਂ ਮਿੰਜ ਕੀ ਕਿਹਾ, ਯਾਦ ਕਰਾਂ ਕਦੇ ਨਾ ਵਿਸਾਰਿਓਂ, ਮੈਂ ਤੈਨੂੰ ਕਦੀ ਵੀ ਭੁੱਲਾਂ ਨਾ। ਮਗਰ ਉਹ ਜਪਦਾ 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 ਜਿਉਂ ਜਿਉਂ ਸਾਹਿਬ ਮਨ ਵਸੇ, ਇਹ ਵਾਹਿਗੁਰੂ ਵਾਹਿਗੁਰੂ ਜਿੰਨਾ ਚਿਰ ਜਦੋਂ ਤੋਂ ਮਨ ਵਿੱਚ ਉਤਰ ਜਾਂਦਾ ਹੈ ਤਿਉਂ ਤਿਉਂ ਅੰਮ੍ਰਿਤ ਪੀਓ, ਤਿਉਂ ਤਿਉਂ ਅੰਮ੍ਰਿਤ ਪੀਓ। ਇੱਥੇ ਵੀ ਸੰਭਾਲੇ ਸ਼ਬਦ ਆ, ਰੱਬੀ ਅਰਥ ਜਿਹਨੇ ਮੈਨੂੰ ਦੱਸਿਆ, ਜਿਹੜੇ ਕਮਾਈ ਵਾਲੇ ਸਾਧੂ ਅੱਖ ਵਾਹਿਗੁਰੂ ਗੱਜ ਕੇ ਬੋਲੋ ਨਾ, ਜਿਹੜੇ ਅੱਧੀ ਅੱਧੀ ਰਾਤ ਉੱਠਣ ਵਾਲੇ ਸਾਧੂ ਨੇ, ਠੰਡੇ ਪਾਣੀ ਨਾਲ ਨਹਾਉਣ ਵਾਲੇ ਸਾਧੂ ਨੇ, ਤੁਸੀਂ ਠੰਡੇ ਰਹਿ ਰਹੋ ਦੇਖ ਕੇ ਗਰਮ ਨਾ, ਤੁਸੀਂ
ਤੁਸੀਂ ਜੀ ਬੋਲੋ, ਟੈਂਕੀ ਦੇਣਾ ਕਿ ਤਾਜ਼ੇ ਨਾਲ, ਟੈਂਕੀ ਦੇਣਾ ਤਾਜ਼ੇ ਨਾਲ, ਠੰਡੇ ਪਾਣੀ ਨਾਲ ਨਹਾਇਆ ਕਰੋ ਜੇ ਸਰੀਰ ਠੀਕ ਹੈ ਤੇ। ਇੰਨੀ ਮੈਂ ਪਾਬੰਦੀ ਨਹੀਂ ਲਾਉਂਦਾ, ਮੈਂ ਕੋਈ ਗੁਰੂ ਨਹੀਂ, ਮਗਰ ਰਹਿਤ ਮਰਿਆਦਾ 'ਚ ਲਿਖਿਆ ਹੈ ਵੀ ਠੰਡੇ ਪਾਣੀ ਜੋ ਨੈਣ ਆਵੇ। ਬੋਲੋ ਹਾਂ ਭਲਾ, ਅਰਥ ਕੀ ਬਣਿਆ? ਤਨਖਾਹਦਾਰ ਵੈ ਵੱਡਾ ਕਹਾਵੇ, ਤਨਖਾਹਦਾਰ ਵੈ ਵੱਡਾ ਕਹਾਵੇ। ਡਰਿਓ ਨਾ ਵੀ ਨਾਲੇ ਮੋਗੇ ਸੱਦਿਆ ਅਤੇ ਨਾਲੇ ਹੁਣ ਨਵੀਂ ਉਲਝ ਉਲਝਣ ਪਾ ਚੱਲਿਆ ਨਾ। ਰਹਿਤ ਮਰਿਆਦੇ ਲਿਖੇ ਤਾਂ 350 ਸਾਲ ਪਹਿਲੋਂ, ਸਿੱਖ ਅੰਮ੍ਰਿਤ ਵੇਲੇ ਉੱਠ ਕੇ ਠੰਡੇ ਪਾਣੀ ਨਾਲ ਨਹਾਵੇ ਅਤੇ ਠੰਡੇ ਪਾਣੀ ਨਾਲ ਨਹਾ ਕੇ ਚੌਂਕੜਾ ਮਾਰੇ। ਤੁਸੀਂ ਵੇਖਿਓ ਗਰਮ ਸਰੀਰ ਨਾਲ ਤੁਸੀਂ ਰੋਜ਼ ਹੀ ਨਹਾਉਂਦੇ ਹੋ, ਪਾਣੀ ਦੇ ਨਾਲ ਗਰਮ ਪਾਣੀ ਨਾਲ ਨਹਾ ਕੇ ਖੂਨ ਤੁਰ ਪੈਂਦਾ ਹੈ ਅਤੇ ਤੁਹਾਨੂੰ ਐਂ ਲੱਗਦਾ ਜੀ ਕੋਈ ਕੀੜੀ ਤੁਰੀ ਫਿਰਦੀ, ਤੁਰਦਾ ਵਿੱਚ ਸਰੀਰ ਦੇ ਖੂਨ ਅਤੇ ਸਾਨੂੰ ਐਂ ਲੱਗਦਾ ਕੋਈ ਕੀੜੀ ਤੁਰੀ ਫਿਰਦੀ। ਉਸੇ ਵੇਲੇ ਸੁਰਤ ਉਧਰੋਂ ਸ਼ਬਦ ਤੋਂ ਟੁੱਟ ਕੇ ਕੀੜੀ 'ਚ ਆ ਜਾਂਦੀ। ਆਖੋ ਵਾਹਿਗੁਰੂ। ਜਦੋਂ ਤੁਸੀਂ ਠੰਡੇ ਪਾਣੀ ਨਾਲ ਨਹਾ ਕੇ ਚੌਂਕੜਾ ਮਾਰ ਕੇ ਰੱਬ ਦੀ ਇਬਾਦਤ ਕਰੋਗੇ ਅਤੇ ਇੱਕ ਵਾਰ ਲਈ ਖੂਨ ਹੋ ਜੂ ਜਾਮ, ਜਪਦਿਆਂ ਜਪਦਿਆਂ ਗਰਮ ਹੋ ਕੇ ਫਿਰ ਬਣਦਿਆਂ ਬਣਦਿਆਂ ਚਾਲ ਬਣਦਿਆਂ ਬਣਦਿਆਂ ਉਨੇ ਚਿਰ ਨੂੰ ਜਿੰਨੇ ਚਿਰ ਨੂੰ ਚਾਲ ਬਣ ਜਾਣੀ ਆ ਨਾਮ ਦੀ, ਉਹਨੇ ਚਿਰ ਨੂੰ ਸਰੀਰ ਗਰਮ ਹੋ ਜਾਣਾ, ਮਗਰ ਪਟਾ ਉੱਧਰ ਚੜ੍ਹ ਚੁੱਕ ਕੇ ਆਉਣਾ ਹੈ। ਨਹੀਂ ਪਤਾ ਲੱਗਾ ਪਟੇ ਦਾ ਮੈਂ ਕੀ ਰੱਖਿਆ? ਮਤਲਬ ਵੀ ਸੁਰਤ ਅਤੇ ਸ਼ਬਦ ਜੁੜ ਗਏ ਹੋਣੇ ਨੇ। ਫਿਰ ਭਾਵੇਂ ਕੀੜੀਆਂ ਤੁਰੀਆਂ ਫਿਰ ਭਾਵੇਂ ਆਰੇ ਫਿਰਦੇ ਰਹਿਣ, ਭਾਵੇਂ ਖੋਪਰੀ ਲੱਥ ਦਾ ਫਿਰ ਨਹੀਂ ਪਤਾ ਲੱਗਦਾ। ਠੰਡੇ ਪਾਣੀ ਨਾਲ ਨਹਾਉਣ ਦੀ ਕੋਸ਼ਿਸ਼ ਕਰੋ। ਜਿਹੜੇ ਸਰੀਰ ਮੰਨਦੇ, ਕੋਈ ਬਜ਼ੁਰਗਾਂ ਨੂੰ ਪਾਬੰਦੀ ਨਹੀਂ, ਬਜ਼ੁਰਗ ਵੀ ਗਰਮ ਪਾਣੀ ਨਾਲ ਨਾ ਨਹਾਉਣ, ਹੱਥ ਜੁੜ ਜਾਂਦੇ ਜੇ, ਗੰਠੀਆ ਹੋ ਜਾਂਦਾ ਜੇ, ਇਹ ਗਰਮ ਪਾਣੀ ਨਾਲ ਹੁੰਦਾ ਜੇ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਹੇ ਵਾਹਿਗੁਰੂ, ਉਹ ਤੇਰਾ ਦਰ ਕਿਹੜਾ ਹੈ, ਉਹ ਤੇਰਾ ਘਰ ਕਿਹੜਾ ਹੈ, ਜਿੱਥੇ ਟੇਕ ਟੇਕ ਕੇ ਧਿਆਨ ਧਰ ਕੇ ਤੈਨੂੰ ਸਾਰੇ ਗਾਉਂਦੇ ਨੇ। ਜਿੱਤ ਬਹਿ ਜਿਹਦੇ ਵੱਲ ਨੂੰ ਧਿਆਨ ਧਰ ਕੇ, ਜੇ ਕੋਈ ਗੁਰਦੁਆਰਾ ਸਾਹਿਬ ਆ ਅਤੇ ਕੇਸਗੜ੍ਹ ਸਾਹਿਬ ਗਏ ਹੋਈਏ, ਆਖੋ ਵਾਹਿਗੁਰੂ। ਅਤੇ ਆਪਾਂ ਚਾਹੁੰਦੇ ਹਾਂ ਵੀ ਕੇਸਗੜ੍ਹ ਦੇ ਸਾਹਮਣੇ ਬਹਿ ਕੇ ਸਿਮਰਨ ਕਰੀਏ ਕਿ ਇਹ ਮੇਰੇ ਬਾਪੂ ਦਾ ਘਰ ਆ। ਉਹ ਕਿਹੜਾ ਘਰ ਆ, ਉਹ ਕਿਹੜਾ ਘਰ ਆ ਜਿੱਥੇ ਵਾਜੇ ਨਾਦ ਅਨੇਕ ਅਸੰਖਾਂ, ਜਿੱਥੇ ਅਸੰਖ ਅਨੇਕ ਨਾਦ ਵੱਜ ਰਹੇ ਨੇ ਅਤੇ ਅਨੇਕਾਂ ਹੀ ਉਹਨਾਂ ਨਾਦਾਂ ਨੂੰ ਸਾਜ਼ਾਂ ਨੂੰ ਵਜਾਉਣ ਵਾਲੇ ਨੇ। ਸਾਹਿਬਾ ਮੈਂ ਘਰ ਦਾ ਪਤਾ ਚਾਹੁੰਦਾ, ਉਹ ਤੇਰਾ ਘਰ ਕਿਹੜਾ ਹੈ, ਉਹ ਤੇਰਾ ਦਰ ਕਿਹੜਾ। ਪਤਾ ਲੱਗਾ ਜੀ, ਇਸ ਤਰ੍ਹਾਂ ਪੜ੍ਹਿਓ ਸੁਖਮਨੀ ਜਪਜੀਤ ਸਾਹਿਬ, ਇਸ ਤਰ੍ਹਾਂ ਨਾ ਪੜ੍ਹਿਆ ਕਰੋ ਮੈਨੇ ਹੋ ਗਿਆ ਪਾਠ, ਨਹੀਂ ਇਸ ਤਰ੍ਹਾਂ ਬੈਠੋ ਥੋੜ੍ਹਾ ਚਿਰ ਰਹਿ ਗਏ ਸਿੱਧੇ ਹੋ ਜਾਓ। ਇਸ ਤਰ੍ਹਾਂ ਨਾ ਇਹ ਬੇਅਦਬੀ ਆ, ਤੁਸੀਂ ਆਪਣੀ ਮਾਂ ਨਾਲ ਨਹੀਂ ਇੰਨੀਆਂ ਕਾਲੀਆਂ ਗੱਲਾਂ ਕਰਦੇ, ਪਿਓ ਨਾਲ ਇੰਨੀ ਗੱਲ ਕਾਲੀ ਗੱਲ ਨਹੀਂ ਕਰਦੇ, ਬਾਜ਼ਾਰ ਵਿੱਚ ਬੈਠੇ ਗਾਹਕ ਨਾਲ ਇੰਨੀ ਕਾਲੀ ਗੱਲ ਨਹੀਂ ਕਰਦੇ। ਅਗਲਾ ਕਹਿੰਦਾ ਇਹਦੀ ਗੱਲ ਦੀ ਸਮਝ ਨਹੀਂ ਲੱਗੀ, ਮੈਂ ਇੱਥੋਂ ਸੌਦਾ ਕੀ ਲੈਣਾ। ਉਹਨੂੰ ਤਾਂ ਬੜਾ ਭਾਅ ਭਾ ਕੇ ਕੈਂਪਾਂ ਕੋਲਾਂ ਪਿਆ ਕੇ ਅਤੇ ਉਹਨੂੰ ਗੱਲ ਸਮਝਾਉਂਦੇ ਹੋ ਜੀ ਸਾਡੇ ਮਾਲ ਚਾਹ ਅਸਲੀਅਤ ਆ, ਸਾਡਾ ਮਾਲ ਇਸ ਕਰਕੇ ਚੰਗਾ ਸਪੰਜ, ਸਮਝ ਰਹੇ ਹੋ ਵੀ ਇੰਨੇ ਕੈਰਟ ਦਾ, ਇਹ ਇੰਨੇ ਕੈਰਟ ਦਾ ਦੱਸ ਦਿਓ ਨਾ, ਇੱਥੇ ਕਿਉਂ ਨਹੀਂ, ਇੱਥੇ ਐਨਰਜੀ ਕਿਉਂ ਨਹੀਂ ਲਾਉਂਦੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜਿਹੜਾ ਉਹ ਜਿਹਨੂੰ ਹੀਰੇ ਜੜੇ ਪਏ ਨੇ, ਰਤਨ ਸ਼ਬਦ ਆ ਗੁਰੂ ਦਾ, ਉੱਥੇ ਤੁਸੀਂ ਅੱਖਾਂ ਫੇਰ ਕੇ ਗਾਹ ਲੰਘਦੇ ਹੋ, ਫਿਰ ਖਾਲੀ ਦੇ ਖਾਲੀ ਦਿੰਦੇ ਹੋ। ਖਾਲੀ ਬੈਠੇ ਸੋ ਗੁਟਕਾ ਸਾਹਿਬ ਲੈ ਕੇ,
ਤੇ ਖਾਲੀ ਉੱਠ ਖਲੋਤੇ। ਇਹ ਤਾਂ ਕਿ ਕਿਤਨਾ ਹੋ ਸਕਦਾ ਹੈ? ਅੱਖ ਵਾਹਿਗੁਰੂ ਕਿਤੇ ਵਾਵਣ ਹਾਰੇ ਵਜਾਉਣ ਵਾਲੇ ਕਿਤੇ ਰਾਗ ਪਰੀ ਸਿਓ ਕਹੀਨ ਕਿਤੇ ਗਾਵਣ। ਕਿੰਨੇ ਰਾਗ ਪਰੀਆਂ ਨੇ ਕਹੇ ਤੇ ਕਿੰਨੇ ਤੇਰੇ ਰਾਗ ਨੇ ਜਿਹਨੂੰ ਕਿੰਨੇ ਗਾਉਣ ਵਾਲੇ ਨੇ, ਕਿੰਨੇ ਗਾਉਣ ਵਾਲੇ ਵੀ ਤੇ ਹਰ ਰਾਗ ਨੂੰ ਗਾਉਣ ਵਾਲੇ ਅਨੰਤ ਨੇ ਇੱਥੇ। ਕੋਈ ਗੁਜਰੀ ਰਾਗ ਗਾਉਣ ਦਾ ਬੜਾ ਮਾਹਿਰ ਆ, ਕੋਈ ਬਸੰਤ ਰਾਗ ਗਾਉਣ ਦਾ ਬੜਾ, ਆ ਥੋੜ੍ਹੇ ਦਿਨਾਂ ਨੂੰ ਹੁਣ ਰਾਗ ਸ਼ੁਰੂ ਹੋ ਜਾਣਾ ਹੈ। ਕਿਹੜਾ? ਚਾਰ ਚੁਫੇਰੇ ਸਰੋਂ ਖਿੜ ਜਾਣੀ, ਚਾਰ ਚੁਫੇਰੇ ਕੁਸਮ ਬਸੰਤ ਗਣੰਤ ਨਾ ਆਵੇ। ਪਾਣੀ ਘੱਟ ਆਉਂਦੀ ਹੈ ਮੇਰੀ ਲੱਗਦੀ, ਬੋਲੋ ਨਾ, ਕੁਸਮ ਗਣੰਤ ਨਾ ਆਵੇ। ਕੀ ਲਿਖਿਆ ਹੈ ਬਾਣੀ ਦੱਸੋ? ਹਾਂਜੀ, ਕੋਈ ਗੱਲ ਨਹੀਂ, ਤੁਸੀਂ ਬਸੰਤ ਦੀ ਰੁੱਤ ਵਿੱਚ ਕੁਸਮ ਫੁੱਲ ਜਿੰਨੇ ਖਿੜੇ ਹੁੰਦੇ ਨੇ ਕੋਈ ਗਿਣਤੀ ਕਰ ਸਕਦਾ? ਅੱਖ ਵਾਹਿਗੁਰੂ। ਕੁਸਮ ਬਸੰਤ ਗਣੰਤ ਨਾ ਰਵ ਸਫਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਪਤਾ ਲੱਗਦਾ ਗੰਗਾ ਦੀਆਂ ਤਰੰਗਾਂ, ਸਮੁੰਦਰ ਦੀਆਂ ਤਰੰਗਾਂ ਕੋਈ ਗਿਣ ਸਕਦਾ? ਅੱਖ ਵਾਹਿਗੁਰੂ। ਕਿਤੇ ਰਾਗ ਪਰੀ ਸਿਓ ਕਹੀਨ ਕਿਤੇ ਗਾਵਣ। ਕੌਣ ਕੌਣ ਗਾ ਰਿਹਾ? ਗਾਵੇ ਉੱਥੇ ਗਾਵਨ ਆ, ਅਗਲੇ ਜਾਓਗੇ ਉੱਥੇ ਗਾਵਨ ਆ, ਇੱਥੇ ਕੀ ਹੈ? ਗਾਵੇ ਤੁਹਾਨੂੰ ਤੈਨੂੰ ਗਾਉਂਦੇ ਨੇ ਕੌਣ ਕੌਣ? ਕਿਤੇ ਜੁੜੀ ਹੋਈ ਆਤਮਾ ਪਾਉਣ ਦੇ ਝੋਕਿਆਂ ਦੇ ਵਿੱਚੋਂ ਵੀ ਵਾਹਿਗੁਰੂ ਸੁਣਦੀ ਆਉਂਦੀ ਵੀ ਆਵਾਜ਼ ਹੈ। ਅੱਖ ਵਾਹਿਗੁਰੂ। ਪੱਖੇ ਦੀ ਆਵਾਜ਼ ਵਿੱਚੋਂ, ਕੂਲਰ ਦੀ ਆਵਾਜ਼ ਵਿੱਚੋਂ ਵੀ ਵਾਹਿਗੁਰੂ ਦੀ ਧੁਨੀ ਆਉਂਦੀ ਹੈ ਤੁਹਾਡੇ ਤੇ ਬਹੁਤ ਕੋਲ ਜੇ। ਆਖੋ ਕਿਤਨਾ, ਜਦੋਂ ਕੱਪੜੇ ਧੋਣ ਵਾਲੀ ਮਸ਼ੀਨ ਲਾਉਂਦੀਆਂ ਜੇ ਨਾ, ਉਹਦੀ ਚਾਲ ਨੂੰ ਸੁਣਿਓ, ਵੇਖੋ ਕੀ ਕਹਿ ਰਹੀ। ਵਾਹਿਗੁਰੂ ਕਹਿ ਰਹੀ ਕਿ ਨਹੀਂ? ਬੋਲੋ ਨਾ ਗੁਰੂ। ਮਹਿਸੂਸ ਵੀ ਕਰਦੇ ਹੋ ਕਿ ਮੇਰੇ ਸਿਰ ਕਹਿਣ 'ਤੇ ਕਰ ਰਹੇ? ਮਹਿਸੂਸ ਕੀਤਾ ਕਦੀ? ਕੱਪੜੇ ਧੋਣ ਵਾਲੀ ਮਸ਼ੀਨ ਸਪਸ਼ਟ ਤੌਰ 'ਤੇ ਕਹਿ ਰਹੀ ਵਾਹਿਗੁਰੂ ਵਾਹਿਗੁਰੂ। ਸੁਣਨ ਵਾਲਾ ਕੋਈ ਹੋਣਾ ਚਾਹੀਦਾ। ਜੇ ਕੱਪੜੇ ਧੋਣ ਦੀ ਮਸ਼ੀਨ ਪੈਣ ਸਿੱਧੀ ਹੋ ਕੇ ਬਹੁ, ਇਸ ਤਰ੍ਹਾਂ ਨਹੀਂ। ਕੱਪੜੇ ਧੋਣ ਵਾਲੀ ਮਸ਼ੀਨ ਲਾ ਕੇ ਤੁਸੀਂ ਫੇਸਬੁੱਕ ਖੋਲ੍ਹ ਕੇ ਬਹਿ ਜਾਂਦੀਆਂ, ਫਿਰ ਕਿੱਥੇ ਸੁਣਨਾ ਹੈ? ਯੂਟਿਊਬ ਖੋਲ੍ਹ ਕੇ ਬਹਿ ਗਈਆਂ, ਫਿਰ ਕਿੱਥੇ ਵਾਹਿਗੁਰੂ ਸੁਣਨਾ ਹੈ? ਇੱਧਰੋਂ ਤੇ ਹੱਥ ਬੁਲਿਆ, ਰੱਬ ਦਾ ਕੀ ਪਾਉਣਾ ਹੈ? ਫੇਸਬੁੱਕ ਵੱਲੋਂ ਪੁੱਟਣਾ ਹੈ ਤੇ ਇੱਧਰ ਲਾਉਣਾ, ਬਸ ਪ੍ਰਾਪਤੀ ਹੈ। ਇਸ ਤਰ੍ਹਾਂ ਹੀ ਆ ਭੈਣ, ਬੋਲੋ। ਕੱਪੜੇ ਧੋਣੇ ਸ਼ੁਰੂ ਕਰਤੇ, ਆਪ ਟਾਈਮਿੰਗ ਵੇਖ ਕੇ ਫੇਸਬੁੱਕ ਖੋਲ੍ਹ ਬੈਠੇ, ਚਾਰ ਕਹਾਣੀਆਂ ਵੇਖ ਲਈਆਂ, ਅੱਜ ਫਲਾਣਾ ਵਿਕ ਗਿਆ, ਅੱਜ ਢੀਕੜਾ ਵਿਕ ਗਿਆ। ਸੱਜਣਾ ਆ ਉਹਦੇ ਕੋਲ ਜਿਹੜਾ ਵਿਕਦਾ ਨਹੀਂ, ਅੱਖ ਵਾਹਿਗੁਰੂ, ਜਿਹੜਾ ਕੀ ਬੋਲੋ, ਪੰਜਾਬ ਦਾ ਹਰ ਲੀਡਰ ਸਾਰੇ ਕਹਿੰਦੇ ਹੋ, ਕਿਸੇ ਨੂੰ ਦੁੱਖ ਤਾਂ ਨਹੀਂ ਹੋ ਰਿਹਾ ਵੀ ਕਿਤੇ ਸਾਡੇ ਅਕਾਲੀਆਂ ਨੂੰ ਨਾ ਕਹਿ ਰਿਹਾ ਹੋਵੇ ਕਾਂਗਰਸ? ਸਾਡਾ ਕੋਈ ਲੈਣਾ ਦੇਣਾ ਨਹੀਂ। ਅਕਾਲੀ, ਅਕਾਲੀ ਦਾ ਮਤਲਬ ਅਕਾਲੀ, ਅਕਾਲ ਨੂੰ ਮੰਨਣ ਵਾਲਾ ਅਕਾਲੀ। ਛੱਡੋ, ਗਾਵੇ ਤੁਦਨੋ ਪੌਣ ਪਾਣੀ ਬੈਸੰਤਰ, ਪੌਣ ਤੈਨੂੰ ਗਾ ਰਹੀ
ਅੱਗ ਬਲਦੀ ਚਿਰੜ 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 ਕਰਦੀ, ਉਹਦੇ ਵਿੱਚ ਵੀ ਸੁਣਨ ਵਾਲੇ ਸੁਣਦੇ ਵਾਹਿਗੁਰੂ ਗਾਵੇ ਰਾਜਾ ਧਰਮ ਦੁਆਰੇ। ਹੇ ਵਾਹਿਗੁਰੂ, ਜਿਹੜੇ ਤੇਰੇ ਬੂਹੇ ਅੱਗੇ ਬੈਠੇ ਨੇ ਉਹਨਾਂ ਨੂੰ ਤੇਰਾ ਬੂਹਾ ਦਿਸ ਰਿਹਾ ਹੈ, ਅਤੇ ਜਦੋਂ ਤੈਨੂੰ ਵੇਖਦੇ ਨੇ ਬਹੁਤ ਵੱਡਾ ਵੇਖਦੇ ਨੇ, ਅਤੇ ਉਹ ਧਰਮਰਾਜ ਰਾਜਾ ਵੀ ਸਾਰੀ ਦੁਨੀਆ ਕੋਲੋਂ ਲੇਖਾ ਮੰਗਦਾ ਹੈ। ਆਖੋ ਵਾਹਿਗੁਰੂ ਕੀ ਮੰਗਦਾ ਹੈ ਕਿ ਨਾ, ਤੁਹਾਡਾ ਮੰਗੂ ਬੋਲੋ। ਹਾਂਜੀ ਹਾਂ ਹਾਂ ਹਾਂ, ਮੰਗੂ ਤੁਹਾਡਾ ਵੀ ਕਿਰਪਾਨ ਪਾਉਣ ਤੋਂ ਬਾਅਦ ਵੀ। ਕਿਰਪਾਨ ਪਾਉਣ ਵਾਲੇ ਉਹ ਛਾਤੀ 'ਤੇ ਹੱਥ ਮਾਰ ਕੇ ਕਹੋ, ਧਰਮਰਾਜ ਸਾਡੇ ਕੋਲੋਂ ਲੇਖਾ ਨਹੀਂ ਮੰਗ ਸਕਦਾ। ਧਰਮ ਰਾਏ ਦਰ ਕਾਗਜ਼ ਕਿਉਂ, ਜਨ ਨਾਨਕ ਲੇਖਾ, ਨਾਨਕ ਜਿਨ ਕੋ ਸਤਿਗੁਰ ਮਿਲਿਆ। ਬੋਲੋ ਹਾਂ, ਉਹਨੇ ਚਾਹਨਾ ਨਹੀਂ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਨਾਨਕ ਤਿੰਨ ਕਾ ਲੇਖਾ ਨਿਬੜਿਆ, ਤਿੰਨ ਕਾ। ਮਗਰ ਜੇ ਗੁਰੂ ਹੀ ਉਹੋ ਜਿਹਾ ਹੋਵੇ ਜਿਹੜਾ ਆਪ ਜੇਲ੍ਹ 'ਚ ਬੰਦਾ, ਤਾਂ ਲੇਖੇ ਕਿੰਨੇ ਨਿਬੇੜਨੇ, ਤੁਹਾਡੇ ਤੁਹਾਨੂੰ ਆਜ਼ਾਦ ਕਿੰਨੇ ਕਰਾਉਣਾ। ਆਖੋ ਵਾਹਿਗੁਰੂ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲਿਆ, ਅਲੇਖ ਹੈ। ਬੋਲੋ, ਅਪੇਖ ਹੈ, ਇਨਾਮ ਹੈ, ਅਕਾਮ ਹੈ। ਜਿਨ੍ਹਾਂ ਨੂੰ ਇਹੋ ਜਿਹਾ ਗੁਰੂ ਮਿਲਿਆ ਵੀ ਜਿਹਦਾ ਆਪਣਾ ਕੋਈ ਲੇਖਾ ਨਹੀਂ, ਇਹਨਾਂ ਦੀਆਂ ਤਾਂ ਆਪਣੀਆਂ ਫਾਈਲਾਂ ਬਣੀਆਂ ਬਣੀਆਂ, ਸਾਰਾ ਮੋਗਾ ਭੱਜ ਗਿਆ, ਸਾਰਾ ਮਾਲਵਾ ਭੱਜ ਗਿਆ ਕਿਸੇ ਗੁਰੂ ਦੇ ਪਿੱਛੇ, ਅਤੇ ਉਹਦੇ 'ਤੇ ਇੰਨੇ ਦੋਸ਼ ਲੱਗ ਗਏ, ਦੋਸ਼ ਆਇਤ ਹੋ ਗਏ, ਇੱਕ ਕੇਸ ਵਿੱਚੋਂ ਅਜੇ ਛੁੱਟਦਾ ਨਹੀਂ, ਦੂਸਰੇ ਸਜ਼ਾ ਹੋ ਜਾਂਦੀ। ਆਖੋ ਵਾਹਿਗੁਰੂ, ਹਨੇਰੀਆਂ ਆਈਆਂ ਗੁਰੂਆਂ ਦੀਆਂ, ਕਿਤਰਾ ਹੀ ਆ ਜੀ, ਫੂੰ ਫੂੰ ਕਰਦੀਆਂ ਲੀਡਰਾਂ ਦੀਆਂ ਗੱਡੀਆਂ ਭੱਜੀਆਂ ਫਿਰਦੀਆਂ ਨੇ, ਫੂੰ ਫੂੰ ਕਰਦੀਆਂ ਇਹਨਾਂ ਦੀਆਂ ਗੱਡੀਆਂ ਭੱਜੀਆਂ ਫਿਰਦੀਆਂ। ਮੇਰੇ ਗੁਰੂ ਨਾਨਕ ਦੇ ਕਦਮ ਬੋਛੀ ਕਰੀਏ, ਚਰਨਾਂ 'ਤੇ ਨਮਸਕਾਰ ਕਰੀਏ, ਤੂੰ ਜਿੱਥੇ ਗਿਓ ਤੁਰ ਕੇ ਗਿਓ, ਤੇਰੀ ਗੱਡੀ ਨੇ ਕੋਈ ਹੂਟਰ ਨਹੀਂ ਮਾਰਿਆ, ਤੇਰੀ ਗੱਡੀ ਨੇ ਕਿਸੇ ਗਰੀਬ ਦਾ ਕੁੰਡਾ ਖੜਕਾਇਆ। ਆਖ ਵਾਹਿਗੁਰੂ, ਕੀ ਕੀਤਾ ਗਰੀਬ ਦਾ, ਅਤੇ ਗਰੀਬ ਦਾ ਦਰਵਾਜ਼ਾ ਟੁੱਟਾ ਵਿੱਚੋਂ ਦੀ ਐਡੀ ਚੀਤ ਸੀ, ਚੀਤ ਸਮਝਦੇ ਹੋ, ਵੈਸੇ ਤਾਂ ਪੰਜਾਬੀ ਹੋ ਸਾਰੇ ਆਪਾਂ, ਐਡੀ ਕੁ ਚੀਤ ਸੀ। ਉਹਨੇ ਬਾਹਰ ਆਣ ਕੇ ਵੇਖਿਆ, ਬੜਾ ਨੂਰੋ ਨੂਰ ਚਿਹਰਾ ਹੈ, ਸੂਰਜਾਂ ਵਰਗਾ ਪ੍ਰਤਾਪ ਮੂੰਹ ਤੋਂ ਪੈ ਰਿਹਾ, ਅਮੀਰ ਹੋਊਗਾ ਕੋਈ। ਇੱਕ ਨੇ ਇੱਥੇ ਰਬਾਬ ਰੱਖੀ, ਇਸ ਤਰ੍ਹਾਂ ਹੱਥ ਨਾਲ ਲਾ ਪੁੱਤ, ਇੱਕ 7.5 ਫੁੱਟ ਲੰਬਾ ਚਿੱਟਾ ਗੋਲ ਦਮਾਲਾ ਅਤੇ ਪੀਲਾ ਚੋਲਾ ਅਤੇ ਖੜਾਵਾਂ ਪਾਈਆਂ, ਬਾਹਰ ਵੇਖਿਆ ਅਮੀਰ ਹੋਊ, ਅਮੀਰਾਂ ਦੇ ਘਰ ਜਾਣਾ, ਰਾਹ ਪੁੱਛਦਾ ਹੋਊ। ਉੱਤੋਂ ਆਵਾਜ਼ ਆਈ, ਭਾਈ ਲਾਲੋ ਬੂਹਾ ਖੋਲ, ਅਸੀਂ ਤੈਨੂੰ ਮਿਲਣ ਆਏ ਹਾਂ। ਕੌਣ ਮਿਲਦਾ ਇਹ ਗਰੀਬਾਂ ਨੂੰ, ਮਹਿਸੂਸ ਕਰਿਓ, ਸੁਣ ਕੇ ਨਾ ਚੱਲ ਜਾਓ, ਮੇਰੀ ਹੱਥ ਜੁੜ ਕੇ ਬੰਦੀ, ਕੋਈ ਗਰੀਬ ਰਕਸ਼ੇ ਵਾਲਾ ਕਵੇ ਹਾਂ ਇਹਨਾਂ ਬ੍ਰਹਮ ਗਿਆਨੀਆਂ ਨੂੰ, ਅਜਦਿਆਂ ਨੂੰ ਮੇਰੇ ਘਰ ਪ੍ਰਸ਼ਾਦਾ ਚੱਕੋ, ਅਤੇ ਸਭ ਤੋਂ ਪਹਿਲਾਂ ਪੁੱਛਦੇ ਗਲੀ ਕਿੱਡੀ ਕਿਆ, ਇਤਰਾ ਬੈਠੋ ਲੱਗ ਸਿੱਧਾ ਕਰਕੇ, ਸੁਚੇਤ ਹੋ ਜਾਓ। ਵੈਸੇ ਤੁਸੀਂ ਕਹੋ ਤਾਂ ਮੈਂ ਭੋਗ ਪਾਉਂਦਾ, ਟਾਈਮ ਹੋ ਗਿਆ,
ਅੱਖ ਵਾਹਿਗੁਰੂ। ਜੇ ਥੱਕ ਗਏ ਉਹ ਕੜੀ ਮੁੜੀ ਐਂ ਹੋ ਜਾਣਾ, ਮੈਨੂੰ ਕਹਿਣਾ ਪੈਣਾ, ਫਿਰ ਮੈਂ ਸਮਾਪਤੀ ਕਰ ਦਿੰਦਾ। ਆਪਾਂ ਦੀ ਕਿਹੜੀ ਗੱਲ ਆ? ਇੱਧਰਾਂ ਬੈਠੋ। ਸੱਪ ਜਦੋਂ ਬੀਨ ਨੂੰ ਸੁਣਦਾ ਹੈ ਨਾ ਗੁਰੂ ਕੇ ਸਿੱਖੋ, ਐਂ ਕਰਦਾ। ਤੁਸੀਂ ਬੀਨ ਬਾਣੀ ਸੁਣ ਰਹੇ ਹੋ ਅਤੇ ਘੜੀ ਮੁੜੀ ਮੈਨੂੰ ਕਹਿਣਾ ਪੈਂਦਾ ਸਿੱਧੇ ਹੋ ਜਾਓ, ਸਿੱਧੇ ਹੋ ਜਾਓ, ਸਿੱਧੇ। ਸਮਝੋ ਇੱਥੋਂ ਬਾਣੀ ਤੁਸੀਂ ਸੁਣ ਨਹੀਂ ਰਹੇ। ਬਾਣੀ ਦਾ ਤਾਂ ਐਸਾ ਟੀਕਾ ਵਾ, ਮਰੇ ਨੂੰ ਜਗਾ ਦਿੰਦਾ। ਅਸੀਂ ਜਿਉਂਦੇ ਹੀ ਮਰਿਆ ਵਾਂਗੂ ਬੈਠੇ ਹੁੰਦੇ। ਭਾਈ ਲਾਲੋ, ਬੂਹਾ ਖੋਲ, ਮੈਂ ਤੈਨੂੰ ਮਿਲਣ ਆਇਆ। ਅਤੇ ਹੱਥ ਜੁੜੇ, ਸਾਹਿਬਾ ਭੁੱਲ 'ਚ ਨਹੀਂ ਗਏ ਤੁਸੀਂ, ਬੜੇ ਅਮੀਰ ਸ਼ਹਿਨਸ਼ਾਹ ਲੱਗਦੇ। ਤਾਂ ਹੈ ਵੀ ਸ਼ਹਿਨਸ਼ਾਹ ਦਾ ਵਾ, ਸ਼ਹਿਨਸ਼ਾਹ ਸੀ। ਉਹਨੇ ਕਿਹਾ ਤੈਨੂੰ ਮਿਲਣਾ। ਬੂਹਾ ਖੁੱਲ੍ਹਾ, ਕੋਦਰੇ ਦੀ ਸੁੱਕੀ ਰੋਟੀ ਖਾਧੀ, ਪਾਣੀ ਦਾ ਕੌਲਾ ਪੀਤਾ, ਮਿੱਟੀ ਦਾ ਭਰਿਆ, ਸ਼ੁਕਰ ਕੀਤਾ ਉਸ ਨਿਰੰਕਾਰ ਦਾ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾ। ਸ਼ੁਕਰ ਵਿੱਚ ਡੁੱਬ ਗਿਆ ਮੇਰਾ ਬਾਬਾ। ਕੁਝ ਮਿੰਟਾਂ ਬਾਅਦ ਫਿਰ ਅੱਖਾਂ ਖੁੱਲ੍ਹੀਆਂ। ਭਾਈ ਲਾਲੋ, ਤੇਰੇ ਨਾਲ ਇੱਕ ਸਲਾਹ ਕਰਨਾ ਆ। ਆਖਿਆ ਗਰੀਬ ਨੂੰ ਕਦੀ ਕਿਸੇ ਨੇ? ਕਦੀ ਕਿਸੇ ਗਰੀਬ ਨੂੰ ਕਿਸੇ ਨੇ ਕਿਹਾ ਮੈਂ ਤੇਰੇ ਨਾਲ ਇੱਕ ਸਲਾਹਾਂ? ਵੀ ਅਮੀਰਾਂ ਦੀਆਂ ਕੋਠੀਆਂ 'ਚ ਹੁੰਦੀਆਂ, ਲੇਖੇ ਲਿਖੇ ਵੀ ਅਮੀਰਾਂ ਦੀਆਂ ਕੋਠੀਆਂ 'ਚ ਜਾਂਦੇ ਨੇ, ਲੇਖੇ ਪਾੜੇ ਵੀ ਅਮੀਰਾਂ ਦੀਆਂ ਕੋਠੀਆਂ 'ਚ। ਮੈਂ ਤੇਰੇ ਨਾਲ ਇੱਕ ਸਲਾਹ ਕਰਨ ਆਇਆ। ਹੱਥ ਜੋੜ ਕੇ ਭਾਈ ਲਾਲੋ ਨੇ ਆਖਿਆ ਮਹਾਰਾਜ ਕੀ ਸਲਾਹ ਕਰਨੀ? ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਦਹਿਸੜਾ ਕਰੇ। ਲਾਲੋ, ਉਹ ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੇ ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਕਾਜੀਆਂ ਬਾਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ। ਲਾਲੋ, ਉਹ ਤਾਂ ਕਾਬਲ ਤੋਂ ਕਧਾਰ ਤੋਂ ਚੜ ਪਿਆ ਏ ਅਤੇ ਤਬਾਹੀ ਮਚਾਈ ਆਉਂਦਾ ਹੈ। ਮਹਾਰਾਜ ਮੈਂ ਕੀ ਆਖਾਂ ਗਰੀਬ ਆਦਮੀ, ਮੈਨੂੰ ਕਿਉਂ ਸਵਾਲ ਪਾਇਆ? ਸਵਾਲ ਤੈਨੂੰ ਹੀ ਪਾਉਣਾ ਸੀ, ਦੱਸ ਕੀ ਕਰਨਾ ਚਾਹੀਦਾ। ਅਤੇ ਲਾਲੋ ਨੂੰ ਦਿਸ ਪਿਆ ਸੀ ਵੀ ਇਹ ਰੱਬ ਆ। ਲਾਲੋ, ਕੌਣ ਡੱਪੂਗਾ ਉਹਨਾਂ ਨੂੰ? ਬਾਬਰ ਨੂੰ ਕੌਣ ਡੱਕੂਗਾ? ਅਤੇ ਲਾਲੋ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਤੇਰੇ ਤੋਂ ਬਿਨਾਂ ਕੋਈ ਨਹੀਂ ਡੱਕੂਗਾ। ਗੁਰੂ ਕਿਆ ਸਿੱਖਾ? ਉਸ ਬਾਬੇ ਦੀ ਅੰਮ੍ਰਿਤ ਬਾਣੀ ਹੈ ਜਿਹੜਾ ਜਪਜੀ ਸਾਹਿਬ ਆ, ਗਾਵੇਂ ਚਿੱਤ ਗੁਪਤ ਲਿਖ ਜਾਣੇ। ਜਿਹੜੇ ਚਿੱਤਰ ਗੁਪਤ ਆ ਸਾਰਿਆਂ ਦਾ ਲਿਖਾ, ਉਹ ਬੋਲਿਆ ਕਰੋ, ਸਮਾਪਤੀ ਹੈ, ਬੋਲੋ ਸਾਰਿਆਂ ਦਾ। ਇਹ ਵੀ ਉਹਨੂੰ ਗਾਉਣ ਡੇ ਜੇ ਲੋਕਾਂ ਦਾ ਲੇਖਾ ਲਿਖਦੇ ਨੇ, ਆਖੋ ਵਾਹਿਗੁਰੂ। ਅਤੇ ਮੇਰੇ ਸਾਹਿਬ ਦੇ ਗੀਤ ਗਾਉਂਦੇ ਨੇ, ਗੁਣ ਗਾਉਂਦੇ ਆ, ਗਾਵੇਂ ਚਿੱਤ ਗੁਪਤ ਲਿਖ ਜਾਣੇ। ਉਹਨਾਂ ਦਾ ਲਿਖਿਆ ਜਿਹੜਾ ਹੁੰਦਾ ਹੈ, ਧਿਆਨ ਨਾ ਜੀ ਖਜੂਰੀਏ ਵਾਲੇ ਗੁਰਸਿੱਖੋ, ਜਿਹੜਾ ਉਹਨਾਂ ਦਾ ਲੇਖਾ ਲਿਖਿਆ ਹੁੰਦਾ, ਫਿਰ ਉਹਨੂੰ ਲੇਖ ਲੇਖ ਜੋ ਲੇਖ ਲਿਖੇ ਹੁੰਦੇ ਧਰਮ ਧਰਮ ਰਾਜ, ਫਿਰ ਉਹਨਾਂ 'ਤੇ ਕਿ ਕਿਹੜੇ ਜੀਵ ਨੇ ਕੀ ਕੀਤਾ ਹੈ, ਕਿਹੜੇ ਨੇ ਕੀ ਕੀਤਾ, ਕਿਉਂਕਿ ਉਹ ਰਿਪੋਰਟ ਦਿੰਦੇ ਦੋ ਤਰ੍ਹਾਂ ਦੇ, ਇੱਕ ਚਿੱਤਰ ਤੁਹਾਡੇ ਸਰੀਰ ਦੀ ਰਿਪੋਰਟ, ਇੱਕ ਜਿਹੜਾ ਤੁਹਾਡੇ ਅੰਦਰ ਕੁਛ ਦਿਸ ਨਹੀਂ ਰਿਹਾ ਅਤੇ ਹੈਗਾ ਹੈ ਉਹ ਗੁਪਤ। ਇਹ ਦੋ ਲੇਖੇ ਆ, ਚਿੱਤਰ ਵੀ, ਉਹ ਲੇਖੇ ਲਿਖਿਆਂ ਦੀ ਸਾਰੀ ਰਿਪੋਰਟ ਜਦੋਂ
ਧਰਮਰਾਜ ਕੋਲ ਜਾਂਦੀ ਅਤੇ ਉਹ ਫਿਰ ਵਿਚਾਰ ਕਰਦਾ ਹੈ ਵੀ ਇਹਨੂੰ ਕੀ ਕਰਨਾ ਹੈ, ਅੱਖ ਵਾਹਿਗੁਰੂ ਇਹਦੀ ਸਜ਼ਾ ਕੀ ਹੈ, ਇਹਦੀ ਮੁਆਫੀ ਕਿੱਥੇ ਹੈ। ਲਿਖ ਲਿਖ ਧਰਮ ਵਿਚਾਰੇ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਤੇਰੇ ਈਸ਼ਰ ਸ਼ਿਵਜੀ ਤੇਰੇ ਬ੍ਰਹਮਾ ਤੇਰੀਆਂ ਦੇਵਤੀਆਂ ਦੇਵੀਆਂ ਉਹ ਵੀ ਤੈਨੂੰ ਬੋਲੋ ਸੁਣੀ ਹੋ ਗਏ ਸੱਜਣੋ ਬੋਲੋ ਨਾ ਤੈਨੂੰ ਕੌਣ ਕੌਣ ਈਸ਼ਰ ਵੀ ਬ੍ਰਹਮਾ ਵੀ ਅਤੇ ਜਿੰਨੀਆਂ ਦੇਵੀਆਂ ਨੇ ਇਹ ਵੀ ਤੇਰੇ ਗੀਤ ਤੇਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਰਤਾਇਆ ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀਂ ਪਕੜ ਗਰਾਇਆ ਤੈਂ ਹੀ ਦੁਰਗਾ ਸਾਜ ਤੈਂ ਹੀ ਮਤਲਬ ਤੂੰ ਹੀ ਦੁਰਗਾ ਨੂੰ ਸਾਜਿਆ ਤੂੰ ਹੀ ਕ੍ਰਿਸ਼ਨ ਨੂੰ ਸਾਜਿਆ ਤੂੰ ਹੀ ਰਾਮ ਨੂੰ ਸਾਜਿਆ। ਰਾਮ ਨੇ ਤੀਰ ਮਾਰੇ ਨੇ ਖਿੱਚ ਖਿੱਚ ਕੇ ਦੁਰਯੋਧਨ ਉਹਦੇ ਰਾਵਣ ਦੇ, ਮਗਰ ਉਹ ਬਾਹਾਂ ਵਿੱਚ ਬਲ ਤੇਰਾ ਸੀ। ਤੇਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਰਤਾਇਆ ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀਂ ਪਕੜ ਗਰਾਇਆ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਇਹ ਸਾਰੇ ਤੈਨੂੰ ਹੀ ਗਾਉਂਦੇ ਨੇ ਅਤੇ ਤੇਰੇ ਕੋਲੋਂ ਬਲ ਲੈਂਦੇ ਨੇ। ਆਖੋ ਵਾਹਿਗੁਰੂ, ਪਤਾ ਲੱਗਾ ਤੇਰੇ ਕੋਲੋਂ ਬਲ ਲੈਂਦੇ। ਬਲ ਕਿਸੇ ਕੋਲ ਨਹੀਂ, ਰਾਮ ਕੋ ਬਲ ਪੂਰਨ ਭਾਈ, ਰਾਮ ਕੋ ਬਲ ਪੂਰਨ ਭਾਈ। ਰਾਮ ਦਾ ਬਲ ਪੂਰਨ ਹੈ ਜਿਹਦੇ ਵਿੱਚ ਉਹਨੇ ਬਲ ਧਰ ਦਿੱਤਾ, ਉਹ ਪੂਰਨ ਹੋ ਗਿਆ। ਕੀੜੀ ਦੇ ਵਿੱਚ ਬਲ ਧਰਿਆ ਅਤੇ ਨਿੱਕੀ ਜਿਹੀ ਕੀੜੀ ਤੁਰਨ ਲੱਗ ਪਈ ਅਤੇ ਪਾਵਰ ਇੰਨੀ ਰੱਖਤੀ। ਸਭ ਤੋਂ ਵੱਡਾ ਜਾਨਵਰ ਜਿਹੜਾ ਹਾਥੀ ਆ, ਤੇਰੇ ਹੱਥੋਂ ਮਰੂ ਪਾਵਰ ਰੱਖੀ ਨਾ। ਨਿੱਕੀ ਕੀੜੀ ਮੈਂ ਕੱਲ ਰੱਖੇ ਭਸਮ ਕਰੇ ਲਸ਼ਕਰ ਕੋਟ ਲੱਗ। ਨਿੱਕੀ ਜਿਹੀ ਕੀੜੀ 'ਚ ਆਪਣੀ ਕਲਾ ਰੱਖਤੀ, ਉਹ ਕਲਾ ਕਿੱਡੀ ਵੱਡੀ ਹੋਊਗੀ, ਲਸ਼ਕਰਾਂ ਦੇ ਲਸ਼ਕਰ ਤਬਾਹ ਕਰਕੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ। ਤੇਰੀ ਹੋਵੇ ਥਾਪੜਾ ਕੀੜੇ ਨੂੰ ਅਤੇ ਪਾਤਸ਼ਾਹੀਆਂ ਦੀਆਂ ਪਾਤਸ਼ਾਹੀਆਂ ਤਬਾਹ ਕਰਕੇ ਰੱਖਦਾ। ਆਖ ਵਾਹਿਗੁਰੂ, ਜੋ ਤੁਸੀਂ ਹੰਕਾਰ ਤੋੜਿਆ ਨਾ, ਹੁਣ ਇਹ ਕੀੜਿਆਂ ਨੂੰ ਉਹਦੀ ਪਾਤਸ਼ਾਹੀ ਦੀ ਥਾਪੜਾ ਸੀ, ਕਿਸੇ ਕੋਲੋਂ ਨਹੀਂ ਸੀ ਨਿਉਂਦਾ। ਆਖ ਵਾਹਿਗੁਰੂ, ਕੀ ਕਿਹਾ ਇੱਧਰ ਧਿਆਨ ਦਿਓ, ਕਿਸੇ ਕੋਲੋਂ ਪਤਾ ਸਮਝ ਲਿਆ ਇਸ਼ਾਰਾ। ਜਿਹਦੇ ਵਿੱਚ ਬਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ, ਆਪ ਹੀ ਬੋਲ ਪਿਆ, ਮੈਂ ਜੀ ਸਭ ਕੁਛ ਵਾਪਸ ਲੈ ਲਿਆ, ਇਹ ਤੇਰਾ ਬਲ ਹੈ। ਆਖੋ ਵਾਹਿਗੁਰੂ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ, ਗਾਵੇ ਇੰਦ ਇੰਦਾਸਣ ਬੈਠੇ, ਤੈਨੂੰ ਇੰਦਰ ਗਾ ਰਿਹਾ ਇੰਦਰ ਆਸਣ ਤੇ ਬਹਿ ਕੇ ਰਾਜ ਭਾਗ ਤੇ ਬੈਠੇ, ਦੇਵਤਿਆਂ ਤਰ ਨਾਲੇ, ਦੇਵੀਆਂ ਦੇਵਤੇ ਪੀਰ ਪਕੰਬਰ ਨਾਲ ਇੰਦਰ ਦੇ ਬੈਠੇ, ਸਾਰੇ ਹੀ ਰਾਗਨਾਦ ਕਰ ਰਹੇ। ਗਾਵੇ ਸਿੱਧ ਸਮਾਧੀ ਅੰਦਰ, ਕਈ ਸਿੱਧ ਬੁੱਧ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ, ਜਿਹੜਾ ਅੱਖਾਂ ਮੀਟ ਕੇ ਬੈਠਾ ਭਾਈ ਉਹ ਪਿਕਚਰ 'ਤੇ ਵੇਖਣ ਨਹੀਂ ਡਿਆ, ਨਹੀਂ ਪਤਾ ਲੱਗਾ, ਜਿਹਨੇ ਨੇਤਰ ਮੁੰਦੇ ਨੇ। ਆਖ ਵਾਹਿਗੁਰੂ, ਅਤੇ ਰੱਬ ਦੇ ਰੰਗ ਵਿੱਚ ਮੁੜਦੇ ਨੇ, ਉਹ ਕੋਈ ਪਿਕਚਰਾਂ ਥੋੜ੍ਹਾ ਬਣਾ ਰਿਹਾ, ਧਿਆਨ 'ਤੇ ਤੇਰਾ ਹੀ ਧਰ ਕੇ ਬੈਠੇ ਆ ਨਾ। ਆਖ ਵਾਹਿਗੁਰੂ, ਗਾਵੇਂ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਜਿਹੜੇ ਸਾਧੂ ਜਨ ਨੇ
ਉਹ ਸਾਡੇ ਵਾਂਗੂ ਨਹੀਂ ਗਾਉਂਦੇ। ਬਾਣੀ ਜਿਹੜੇ ਸਾਧੂ ਕਹਿੰਦੇ ਨਾ, ਤਾਂ ਕਿਹਾ ਜੈ ਕੀਰਤਨ ਤੇਰਾ, ਤਾਂ ਆਖਿਆ ਕਿ ਉਹਦੇ ਗਾਉਣ ਦੇ ਵਿੱਚ ਵੀ ਵਿਚਾਰ ਆ। ਜਿੰਨੀ ਮੈਂ ਕਥਾ ਕਰ ਰਿਹਾ ਮੇਰੀ ਕਥਾ 'ਚ ਵਿਚਾਰ ਨਹੀਂ, 31,000 ਵਾਲੇ ਕੀਰਤਨ ਦੀ ਕੀਰਤਨ ਵਿੱਚ ਵਿਚਾਰ ਹੈ ਨਹੀਂ, ਬਲਾਇੰਡ ਗਾ ਰਿਹਾ ਹੈ। ਪਤਾ ਲੱਗ ਰਿਹਾ ਕੀ ਗਾ ਰਿਹਾ? ਆ ਜਿਹੜਾ ਕਹਿੰਦੇ ਨਾ ਇੱਕ ਬੇਨਤੀ ਮੇਰੀ, ਅਤੇ ਇਹਨਾਂ ਨੂੰ ਪੁੱਛ ਲਿਆ ਤੁਹਾਡੇ ਚੌਂਕੀਦਾਰ ਨੇ ਕਿਹਦੇ ਅੱਗੇ ਬੇਨਤੀ, ਕਿਹਦੇ ਅੱਗੇ ਬੇਨਤੀ ਪੁੱਛਿਆ? ਆ ਜਿਹੜਾ ਤੂੰ ਸ਼ਬਦ ਪੜ੍ਹਿਆ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ, ਪੁੱਤ ਚੌਂਕੜਾ ਮਾਰ, ਅੱਖ ਵਾਹਿਗੁਰੂ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀ। ਕਿਹਨੂੰ ਕਿਹਾ ਯਾਰ? ਸ਼ਾਬਾਸ਼ ਸ਼ਾਬਾਸ਼ ਵਾਹਿਗੁਰੂ। ਅੱਛਾ, ਥੋੜ੍ਹਾ ਜਿਹਾ ਜਦੋਂ ਤੁਸੀਂ ਧਿਆਨ ਨਾਲ ਗਾਓਗੇ ਨਾ, ਜਦੋਂ ਵਿਚਾਰ ਹੋਊਗੀ ਗਾਉਣ ਵਿੱਚ, ਤਾਂ ਉਹਦੇ ਵਿੱਚੋਂ ਅੰਮ੍ਰਿਤ ਨਿਕਲੂਗਾ। ਸਗਲ ਬੋਲਣ ਕੇ ਮਾਹੇ ਵਿਚਾਰ, ਜੋ ਤੁਸੀਂ ਬੋਲਦੇ ਉਹਦੀ ਵਿਚਾਰ ਤਾਂ ਕਰੋ। ਜੇ ਕਹਿੰਦੇ ਆ ਤੁਸੀਂ ਸੁਣਿਓ ਧਿਆਨ ਨਾਲ, ਜੇ ਰਹਿ ਵਾਹਿਗੁਰੂ ਨੂੰ ਕਹਿ ਰਹੇ ਹਾਂ, ਤੁਸੀਂ ਵੀ ਅਕਾਲ ਪੁਰਖ ਨੂੰ ਕਹਿੰਦੇ ਹੋ? ਅੱਛਾ ਚਲੋ ਕੋਈ ਗੱਲ ਨਹੀਂ, ਸੁਣਿਆ ਹੀ ਆ ਨਾ, ਸੁਣਿਆ ਅੰਧੇ ਪਾਵੇ ਰਾਹ ਹੈ ਨਾ, ਅੱਖ ਵਾਹਿਗੁਰੂ। ਸੁਣੋ ਅੱਜ ਧਿਆਨ ਨਾਲ, ਇੱਕ ਟੁੱਟੀ ਹੋਈ ਜੀਵ ਆਤਮਾ ਇੱਕ ਜੁੜੀ ਹੋਈ ਆਤਮਾ ਨੂੰ ਕਹਿੰਦੀ ਮੇਰੇ ਦੋਸਤ ਮੇਰੀ ਗੱਲ ਇੱਕ ਸੁਣ, ਸੁਣ ਯਾਰ ਇੱਕ ਕਰੂੰ। ਅੱਜ ਤੋਂ ਪਤਾ ਲੱਗ ਗਿਆ, ਇੱਕ ਟੁੱਟੀ ਸੁਰਤ ਵਾਲੀ ਜੁੜੀ ਹੋਈ ਸੁਰਤ ਵਾਲੀ ਨੂੰ ਕਹਿੰਦੀ ਮੇਰੇ ਮਿੱਤਰ ਇੱਕ ਮੇਰੀ ਗੱਲ ਸੁਣ, ਜਿਹਨੂੰ ਤੂੰ ਮਿਲਿਆ ਹੈ ਤਾਂ ਬੜਾ ਖਿੜਿਆ ਹੈ, ਨਹੀਂ ਪਤਾ ਲੱਗਾ? ਇੱਕ ਵਾਰ ਬੋਲੋ ਭਲਾ, ਜਿਹਨੂੰ ਅਤੇ ਬੜਾ ਅਤੇ ਸਮੋਹਨ ਹਾਂ ਫਿਰੂੰ ਖੋਜੰਤੀ ਆ, ਮੈਂ ਵੀ ਲੱਭਦੀ ਫਿਰਦੀ ਉਹਨੂੰ। ਅਜੇ ਤਾਂ ਲੱਭਦੀ ਫਿਰਦੀ ਦੀ ਕਹਾਣੀ ਆ, ਅਤੇ ਜੇ ਤੁਸੀਂ ਰੱਬ ਨੂੰ ਕਹਿ ਲਓ ਸੁਣ ਯਾਰ ਹਮਾਰੇ ਸੱਜਣ, ਫਿਰ ਤਾਂ ਸਾਹਮਣੇ ਬੈਠਾ ਹੀ ਗੱਲ ਹੀ ਖਤਮ ਆ। ਜਿਹਦੇ ਜਿਹਦੇ ਪੱਲੇ ਪੈ ਗਈ ਉਹਨੂੰ ਆਨੰਦ ਆਊ। ਜੇ ਅਸੀਂ ਗੱਲ ਹੀ ਉਹਦੇ ਨਾਲ ਕਰਦੇ ਤਾਂ ਲੱਭਣਾ ਕਿਹਨੂੰ? ਕੀ ਆ ਸਾਹਮਣੇ ਹੀ ਤਾਂ ਬੈਠਾ ਜਿਹਦੇ ਨਾਲ ਕਹਿਣ ਡਿਆ ਵੀ ਯਾਰ ਤੈਨੂੰ ਮੈਂ ਲੱਭਦੀ ਫਿਰਦੀ ਹਾਂ, ਕਹਿੰਦਾ ਮੈਨੂੰ ਕੀ ਲੱਭਣਾ ਮੈਂ ਤਾਂ ਤੇਰੇ। ਇਹ ਤਾਂ ਇੱਕ ਟੁੱਟੀ ਹੋਈ ਸੁਰਤ ਵਾਲੀ ਜੁੜੀ ਹੋਈ ਸੁਰਤ ਨੂੰ ਪਤਾ ਲੱਗ ਗਿਆ ਵੀ ਜੁੜੀ ਹੋਈ ਇੱਕ ਰੁਲਿਆ ਹੋਇਆ ਇੱਕ ਜੁੜੇ ਹੋਏ ਨੂੰ ਕਹਿ ਰਿਹਾ ਮੇਰੀ ਇੱਕ ਬੇਨਤੀ ਹੈ ਅਤੇ ਸਮੋਹਨ ਲਾਲ ਪਿਆਰੇ ਹਾਂ ਫਿਰੂੰ। ਅਤੇ ਉਹ ਜਿਹੜੀ ਸੀ ਨਾ ਜਿਹੜੀ ਉਹ ਸੀ ਅੱਗੋਂ ਜੁੜੀ, ਇੱਧਰ ਵੇਖ ਮੇਰੇ ਵੱਲ ਵੇਖੋ ਗੁਰੂ ਕੇ ਸਿੱਖੋ, ਜਿਹੜੀ ਜੁੜੀ ਸੀ ਹਾਲੀ ਨਾ ਮੀਰ ਨਿਰਸ਼ਵ ਕਰਨਾ ਜਾ ਕੇ ਟੀਕਾ ਵੇਖ ਲੈਣਾ, ਇਹ ਸਾਡੀ ਬੁੱਧੀ ਦੇ ਅਰਥ ਨੇ ਜਿਹੜੇ ਅਸੀਂ ਕੀਤੇ। ਹਾਂ ਉੱਥੇ ਫਿਰ ਜਦੋਂ ਉਹਨੂੰ ਆਖਿਆ ਵੀ ਮੈਨੂੰ ਮੈਂ ਵੀ ਉਹਨੂੰ ਲੱਭਦੀ ਫਿਰਦੀ ਹਾਂ, ਉਹਨੇ ਆਖਿਆ ਫੀਸ ਬੜੀ ਲੱਗਦੀ ਉਹ ਮਿਲਾ ਤੇ ਦਊਂ ਕੀ। ਅਤੇ ਅੱਗੋਂ ਉਹ ਵੀ ਘੱਟ ਨਹੀਂ ਸੀ ਜਿਹੜੀਆਂ ਮਿਲਣ ਦਾ ਸੌਦਾ ਕਰ ਲੈਂਦੀਆਂ ਨਾ, ਉਹ ਕੱਚੇ ਘੜੇ 'ਤੇ ਤੁਰ ਜਾਂਦੀਆਂ। ਆਖੋ ਵਾਹਿਗੁਰੂ। ਉਹ ਯਾਰ ਦੀ ਗਲੀ 'ਚ ਸੀਸ ਤਲੀ 'ਤੇ ਲੈ ਕੇ ਆ ਜਾਂਦੀਆਂ ਅਤੇ ਸਦਾਸ ਪਿਆਰੇ ਸਿਰ ਧਰੀ ਉਤਾਰੇ। ਤੂੰ ਫੀਸ ਦੀ ਗੱਲ ਕਰਦਾ ਹੈ, ਮੈਂ ਸਿਰ ਲਾ ਕੇ ਦੇਣ ਨੂੰ ਤਿਆਰ ਹਾਂ। ਇੱਕ ਭੋਰੀ ਦਰਸ਼ਨ ਦੀ ਜੈ,
ਨੈਣ ਹਮਾਰੇ ਪਿਰਿਆ ਰੰਗ ਰੰਗਾਰੇ, ਇੱਕ ਤਿਲ ਵੀ ਨਾ ਕਰੀ ਜੈ ਪ੍ਰਭ ਸਿਉ ਮਨ ਲੀਨਾ, ਜੋ ਜਲ ਮੀਨਾ ਚਾਤਰਕ ਜਿਵੇਂ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਦਿਖਾ। ਉਹਨੇ ਨਾ ਜਿਹੜੀ ਜਦੋਂ ਸਿਰ ਦੇਣ ਨੂੰ ਤਿਆਰ ਹੋ ਗਈ ਤੇ ਉਹਨੇ ਸਿਰ ਲੈਣ ਵਾਲੇ ਤੱਕ ਲੈ ਗਈ ਬਾਹੋਂ ਫੜ ਕੇ। ਕਿਹਦੇ ਤੱਕ? ਕੌਣ? ਗੁਰੂ। ਗੁਰੂ ਗੁਰੂ ਸਿਰ ਲਿਖ ਕੇ ਹਰ ਨਾਮੋ ਮੰਤਰ ਦੜਾਏ ਦਾ, ਗੁਰੂ ਹਉਮੈ ਦੇ ਰੋਗ ਕੱਟ ਕੇ ਹਰ ਨਾਮੋ ਮੰਤਰ ਦੜਾਏ ਦਾ। ਚੀਜ਼ ਤੇ ਇੱਕੋ ਹੀ ਨਹੀਂ ਸੀ ਨਾ ਮਿਲਣ ਦਿੰਦੀ ਕੀ ਹਉਮੈ, ਤੇ ਉਹਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾ ਕੇ ਹਉਮੈ ਦਾ ਰੋਗ ਕੱਟ ਦਿੱਤਾ। ਨਾਨਕ ਸਤਿਗੁਰ ਤੇ ਨਾਮ ਲਾਇਆ, ਤੁਰ ਤੋਂ ਸੰਯੋਗ ਸੀ, ਪੂਰਬ ਕਰਮ ਅੰਕੁਰ ਜਬ ਭੇਟੇ ਪ੍ਰਗਟੇ ਭੇਟਿਓ ਪੁਰਖ ਰਸ ਕਬੈ ਰਾਗੀ। ਜਦੋਂ ਪੂਰਬਲੀ ਤਕਦੀਰ ਜਾਗੀ ਤੇ ਕੋਈ ਰੱਬ ਦੇ ਨਾਮ ਵਾਲੀ ਮਿਲ ਗਈ ਜਿਹੜੀ ਬਾਹੋਂ ਫੜ ਕੇ ਲੈ ਗਈ ਉੱਥੋਂ ਤੱਕ। ਅੱਜ ਮੇਰੇ ਸਾਹਿਬ ਕਹਿੰਦੇ ਤੈਨੂੰ ਆਹ ਵੀ ਗਾ ਰਹੇ, ਆਹ ਵੀ ਗਾ ਰਹੇ, ਗਾਵਨ ਜਤੀ ਸਤੀ ਸੰਤੋਖੀ, ਜਤੀ ਸਤੀ ਗਾਉਂਦੇ ਨੇ, ਸੰਤੋਖੀ ਗਾਉਂਦੇ ਨੇ, ਗਾਵੇਂ ਵੀਰ। ਵੀਰ ਮਾਨੇ ਜੋਧੇ, ਨਿਧੜਕ, ਸੂਰਮੇ, ਸੂਰਬੀਰ। ਇਹ ਵੀ ਜੰਗ 'ਤੇ ਤੁਰਨ ਤੋਂ ਪਹਿਲਾਂ ਵੇਖਿਆ ਜੇ ਸ਼ਸਤਰ ਵਿੱਦਿਆ ਨੂੰ ਮੱਥੇ ਟੇਕਦੇ ਅਤੇ ਐਂ ਕਰਦੇ, ਹੇ ਰਾਵ, ਹੇ ਸੱਸ, ਹੇ ਕਰੁਣਾ ਨਿਧ ਮੇਰੀ ਅਭੈ। ਆਪਣੇ ਆਪ ਨਹੀਂ ਲੜ ਤੁਰ ਜਾਂਦੇ, ਦੇਸ਼ ਵਾਹ। ਇਹ ਵੀ ਕਿਸੇ ਨੂੰ ਧਿਆਉਂਦੇ ਨੇ, ਇਹ ਵੀ ਤੈਨੂੰ ਗਾਉਂਦੇ ਨੇ। ਅਗਲੇ ਵਚਨ ਲੁਧਿਆਣੇ ਵਿਚਾਰਾਂਗੇ ਜੀ। ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਾਰੀ ਮੋਗੇ ਦੀ ਸੰਗਤ ਨੂੰ ਲੱਖ ਲੱਖ ਵਧਾਈ। ਤੁਸੀਂ ਮੈਸੇਜ ਦਿੱਤਾ ਹੈ ਕੱਲ੍ਹ, ਅੱਜ ਕੱਲ੍ਹ ਨਾਲੋਂ ਦੂਣੀ ਸੰਗਤ ਆ। ਜੇ ਤੁਸੀਂ ਕੱਲ੍ਹ ਕਿਤੇ ਦੋ ਤਿੰਨ ਦਿਨ ਹੋਰ ਹੁੰਦਾ ਤਾਂ ਆਪਣਾ ਹੋਰ ਰੰਗ ਗਾੜਾ ਹੋ ਜਾਂਦਾ। ਪਹਿਲੇ ਦਿਨ ਜਿੱਦਣ ਗੰਡ ਦੇ ਵਿੱਚ ਪਾਈ ਦੀ ਆ ਕੜਾਹੀ ਦੇ ਵਿੱਚ, ਕੀ ਰੋ ਅਤੇ ਪਤਲੀ ਹੁੰਦੀ, ਰੰਗ ਵੀ ਕੋਈ ਨਹੀਂ ਹੁੰਦਾ। ਜਿਉਂ ਜਿਉਂ ਕੱਢਦੀ ਜਾਂਦੀ ਅਤੇ ਉਹ ਤੋਂ ਰੰਗ ਵੀ ਬਦਲਦਾ ਜਾਂਦਾ ਹੈ ਅਤੇ ਸੰਘਣੀ ਵੀ ਹੋਈ ਜਾਂਦੀ ਅਤੇ ਖੁਸ਼ਬੂਆਂ ਵੀ ਉੱਠਣ ਲੱਗਦੀਆਂ। ਪਹਿਲੇ ਦਿਨ ਉਸੇ ਰੋਹ ਦੇ ਵਿੱਚੋਂ ਕੋਈ ਖੁਸ਼ਬੂ ਨਹੀਂ ਆਉਂਦੀ। ਜੇ ਕਿਤੇ ਮੇਰਾ ਗੁਰੂ ਨੇ ਕੀਤੀ ਨਦਰ ਅਨਾਇਤ ਮੇਰੇ ਸਵਾਸ ਬਖਸ਼ੇ ਅਤੇ ਘੱਟ ਤੋਂ ਘੱਟ ਪੰਜ ਦਿਨ ਲਗਾਤਾਰ ਤੁਹਾਡੇ ਇਸ ਗੁਰੂ ਘਰ ਹੋਵੇ, ਹੋਰ ਕਿਸੇ ਗੁਰੂ ਘਰ ਹੋਵੇ, ਪੰਜ ਦਿਨ ਦੇ ਦੀਵਾਨ ਆਪਾਂ ਇਹਨਾਂ ਸਰਦੀਆਂ ਸਰਦੀਆਂ ਦੇ ਵਿੱਚ ਫਿਰ ਬੈਠਾਂਗੇ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ। ਵੇਖੋ ਹੱਥ ਜੋੜੇ, ਸਾਰੀ ਦਾਲ ਦੇ ਵਿੱਚੋਂ ਕੋਕੜੂ ਕੱਢ ਕੇ ਅਤੇ ਹੱਥ 'ਚ ਫੜ ਲਈ ਦੇ ਕੇ ਸੁੱਟ ਦੀ ਦੇ, ਬੋਲੋ ਨਾ। ਸਾਰੀ ਕਥਾ ਦੇ ਵਿੱਚੋਂ ਜੋ ਜੋ ਤੁਹਾਨੂੰ ਇਸ ਤਰ੍ਹਾਂ ਲੱਗੇ ਵੀ ਪਰਮਜੀਤ ਸਿੰਘ ਨੇ ਗਲਤ ਕਿਹਾ, ਉਹਨੂੰ ਸੁੱਟ ਦਿਓ ਅਤੇ ਚੰਗੀ ਦਾਲ ਨੂੰ ਬਣਾ ਕੇ ਖਾ ਲਿਓ। ਢਿੱਡ ਢਿੱਡ ਭਰੂਗਾ, ਢਿੱਡ ਭਰੂਗਾ। ਇਹ ਸੁਣੋ ਬਾਣੀ, ਬਾਣੀ ਨੂੰ ਵਿਚਾਰੋ, ਲੋਕ ਸੁਖੀ ਹੈ ਅਤੇ ਪਰਲੋਕ ਸਹੇਲੇ ਹੋਣਗੇ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ।